ਤੁਹਾਨੂੰ ਇਹ ਨੇਰਾ ਹੋਣਾ ਵੀਰੇ ਉਧਰ ਭੇਜਦੇ ਸਾਲੇ ਨੂੰ ਬੜੀ ਟੈਨਸ਼ਨ ਸੀ ਬੰਦੇ ਜੋੜ ਦੀਏ ਫੜ ਗੱਡੀ ਇੱਕ ਲੈ ਲੈ ਲਾਈਵ ਹੋਈ ਜਾਂਦਾ ਮੇਰੇ ਪੇਜ ਚੋਂ ਮੋਗੇ ਚ ਮੇਰਾ ਪਿੰਡ ਮੋਗੇ ਬਹੁਤ ਚੱਲਿਆ ਅੱਜ ਇੱਧਰ ਆਏ ਦੀ ਜੀ ਹਾਂ ਸਾਹਿਬ ਹੈਪੀ ਆ ਜਾ ਹੈਪੀ ਸਮੈਲ ਪਰ ਜੱਸੇ ਨੂੰ ਮਿਲੇ ਵੀਰੇ ਆ ਕੇ ਤੇ ਮਿਲੀ ਵੀਰੇ ਹੈਪੀ ਨੂੰ ਵੀਰੇ ਜਲਦੀ ਮੈਚ ਸ਼ੁਰੂ ਕਰੋ ਮਨਦੀਪ ਵੀਰੇ ਫਿਰ ਥੋੜੀ ਵਾਰ ਨੂੰ ਹਨੇਰ ਹੋ ਜਾਣਾ ਕਹਿੰਦੇ ਲਓ ਜੀ ਸੀਰੀਜ਼ ਦੀ ਗੱਲ ਕਰੀਏ ਕਹਿੰਦੇ ਮਨਦੀਪ ਤੇ ਕਹਿੰਦੇ ਲੈਫਟੀ ਦੇ ਵਿੱਚ ਚੱਲ ਰਹੀ ਆ ਕਹਿੰਦੇ ਜਿਹਦੇ ਵਿੱਚ ਲੈਫਟੀ ਅੱਗੇ ਆ ਮਨਦੀਪ ਥੋੜਾ ਜਿਹਾ ਪਿੱਛੇ ਆ ਕਹਿੰਦੇ ਕਹਿੰਦੇ ਬਾਕੀ ਕਿਸੇ ਨੂੰ ਨਹੀਂ ਲੈਫਟੀ ਨੇ ਅੱਗੇ ਲੱਗਣ ਦਿੱਤਾ ਕਹਿੰਦੇ ਅਮਰਤ ਸੀ ਉਹਨੂੰ ਕਹਿੰਦੇ ਘੱਗਾ ਰਾਰਾ ਘਰ ਕਰਤਾ ਕਹਿੰਦੇ ਹੁਣ ਸਾਰੀ ਗੱਲ ਆਹ ਮੈਚ ਤੇ ਆ ਲੈਫਟੀ ਤੇ ਆ ਆਹ ਮੈਚ ਦੇ ਵਿੱਚ ਤਗੜਾ ਖੇਡਿਆ ਨਾ ਸੀਰੀਜ਼ ਪੱਕਾ ਨਹੀਂ ਫਿਰ ਮਨਦੀਪ ਦੇ ਹੱਕ 'ਚ ਜਾਣੀ ਆ ਸੀਰੀਜ਼ ਆਹ ਗੱਲ ਵੀ ਪੱਕੀ ਆ ਚੱਲ ਵੀ ਟੋਨੀ ਸਿਆ ਜੌਂਟੀ ਕਰੂ ਬਾਲ ਜਾਂ ਟੋਨੀ ਕਰੂ ਕਹਿੰਦੇ ਜੌਂਟੀ ਦੰਦਰਾਲੇ ਵਾਲਾ ਕਰੂ ਕਹਿੰਦੇ ਜੌਂਟੀ ਦੰਦਰਾਲੇ ਵਾਲਾ ਕਰੂ ਤੇ ਧੰਨਵਾਦ ਕਰਦੇ ਆ ਕੁਲਵੀਰ ਮਹੌਣ ਵਾਲੇ ਦਾ ਤੇ ਨਾਲ ਕਹਿੰਦੇ ਰਵੀ ਦਾ ਕਹਿੰਦੇ ਜੋ ਲਾਈਵ ਦੀ ਸੇਵਾ ਨਿਭਾ ਰਹੇ ਆ ਕਹਿੰਦੇ ਲਓ ਜੀ ਪਹਿਲੀ ਬਾਲ ਕਹਿੰਦੇ ਜੌਂਟੀ ਦੰਦਰਾਲੇ ਵਾਲਾ ਤੇ ਫਾਈਨਲ ਦੀ ਸ਼ੁਰੂਆਤ ਹੋਣ ਲੱਗੀ ਆ ਕਹਿੰਦੇ ਹੋਣ ਲੱਗਾ ਮੈਚ ਜਿਹਨੂੰ ਸਾਹਨਾ ਵਾਲਾ ਭੇੜ ਕਹਿੰਦੇ ਬਾਲਰ ਤੇ ਬੈਟਸਮੈਨ ਦਾ ਜਿਹਨੂੰ ਏਡ ਗੇਡ ਕਹਿੰਦੇ ਕਹਿੰਦੇ ਲਓ ਜੀ ਤਗੜੇ ਮੈਚ ਦੀ ਸ਼ੁਰੂਆਤ ਕਹਿੰਦੇ ਆਹ ਟੂਰਨਾਮੈਂਟ ਦਾ ਫਾਈਨਲ ਮੈਚ ਲਓ ਵੀ ਸਾਰੇ ਵੀਰੇ ਇੱਕ ਵਾਰ ਫਾਈਨਲ ਦੇ ਨਾਂ ਤੇ ਤਾੜੀਆਂ ਮਾਰ ਦਿਓ ਵੀਰੇ ਕਹਿੰਦੇ ਕਮੇਟੀ ਦਾ ਬਹੁਤ ਵੱਡਾ ਧੰਨਵਾਦ ਕਹਿੰਦੇ ਨਹੀਂ ਅੱਜ ਕੱਲ੍ਹ ਕਮੇਟੀਆਂ ਫਾਈਨਲ ਖੇਡਦੀਆਂ ਤੇ ਆਹ ਕਹਿੰਦੇ ਪਹਿਲੀ ਕਮੇਟੀ ਕਹਿੰਦੇ ਖੁਸ਼ੀ ਦੇਖੋ ਉਹ ਖੁਸ਼ੀ ਦੇਖੋ ਲਾਡਪੁਰ ਵਾਲਿਆਂ ਦੇ ਮੂੰਹ ਤੇ ਕਹਿੰਦੇ ਖੁਸ਼ੀ ਜ਼ਾਹਿਰ ਕਰਦੇ ਹੋਏ ਲੈਫਟੀ ਸਿਆ ਤੈਨੂੰ ਕਿਹਾ ਸੀ ਨਾ ਤੈਨੂੰ ਇਹਨਾਂ ਨੇ ਮੋੜ ਦੇਣਾ ਲਓ ਜੀ ਲੈਫਟੀ ਮੋੜਤਾ ਕਹਿੰਦੇ ਲੈਫਟੀ ਮੋੜਤਾ ਕਹਿੰਦੇ ਨਾਲ ਪ੍ਰਗਟ ਆ ਗਿਆ ਕਾਲੂ ਨਹੀਂ ਖੜਾ ਕਹਿੰਦੇ ਲਓ ਜੀ ਜੌਂਟੀ ਦੰਦਰਾਲੇ ਵਾਲੇ ਨੇ ਕਹਿੰਦੇ ਲੈਫਟੀ ਮੋੜਤਾ ਕਹਿੰਦੇ ਲਓ ਜੀ ਸਟ੍ਰਾਈਕ ਦੇ ਕਹਿੰਦੇ ਕਾਲੂ ਜਰਖਿਲਾ ਖੇੜੀ ਕਹਿੰਦੇ ਆਹ ਮੁੰਡੇ ਦਾ ਮੰਨੇ ਨਾਲ ਕਹਿੰਦੇ ਭਾਈਆਂ ਤੋਂ ਵੱਧ ਪਿਆਰਾ ਕਹਿੰਦੇ ਮੰਨੇ ਨੇ ਟੀਮ ਐਂਟਰ ਕਰਵਾਈ ਸੀ ਆਹ ਕਹਿੰਦਾ ਮੰਨਾ ਕਹਿੰਦਾ ਜੱਸਾ ਸਿਆ ਕੋਈ ਟੀਮ ਘੱਟਦਾ ਨੀ ਜੱਸਾ ਕਹਿੰਦਾ ਕਾਟਾ ਤੂੰ ਭੇਜ ਦੇ ਮੰਨੇ ਕੋਈ ਗੱਲ ਨੀ ਤੇਰਾ ਭਾਈਆਂ ਨਾਲ ਵੱਧ ਪਿਆਰਾ ਤੇਰੇ ਨਾਲ ਅਜੇ ਘੱਟ ਵੀ ਨਾ ਹੋਈ ਅਸੀਂ ਖਿਲਾ ਦਾਂਗੇ ਕਹਿੰਦੇ ਆ ਜਰਖਿਲਾ ਖੜੀ ਦੀ ਟੀਮ ਟਾਈਮ ਤੇ ਆਈ ਸੀ ਕਹਿੰਦੇ ਵਧੀਆ ਬੋਲ ਜੌਂਟੀ ਦੀ ਫਿਰ ਤੋਂ ਕਹਿੰਦੇ ਕਾਹੂ ਨੇ ਖੇੜਾ ਛੜਾਇਆ ਕਹਿੰਦਾ ਮੇਰਾ ਭਾਈ ਤਾਂ ਮੋੜਦਾ ਕਿਤੇ ਮੈਨੂੰ ਇਹ ਨਾ ਇਹ ਕਾਲੇ ਪਾਣੀ ਪਹੁੰਚਾ ਦੇਵੇ ਅਗਲੀ ਬਾਲ ਫਿਰ ਤੋਂ ਕਹਿੰਦੇ ਜੌਂਟੀ ਦੰਦਰਾਲੇ ਵਾਲੇ ਦੀ ਤੇ ਸਾਹਮਣੇ ਕਹਿੰਦੇ ਪ੍ਰਗਟ ਕਹਿੰਦੇ ਆ ਵੀ ਬਾਹਰੋਂ ਖਰੀਦੇ ਆ ਕਹਿੰਦੇ ਆਹ ਬਾਹਰੋਂ ਖਰੀਦੇ ਆ ਪ੍ਰਗਟ ਕਹਿੰਦੇ ਫਤਿਹਪੁਰ ਜੱਟਾਂ ਦਾ ਤੇ ਸਾਹਮਣੇ ਜੌਂਟੀ ਦੰਦਰਾਲੇ ਵਾਲਾ ਤੇ ਵਧੀਆ ਬੋਲ ਕਹਿੰਦੇ ਫਿਰ ਤੋਂ ਵਧੀਆ ਬਾਲ ਤੇ ਜ਼ਬਰਦਸਤ ਅਪੀਲ ਕਹਿੰਦੇ ਬੈਟ ਤੇ ਬਾਲ ਦਾ ਕੋਈ ਮੇਲ ਨਹੀਂ ਕਹਿੰਦੇ ਉਹ ਗੱਲ ਹੋ ਰਹੀ ਆ ਜਿਹਨੂੰ ਲੋਕ ਸਿਰਾ ਕਹਿੰਦੇ ਨੇ ਅੱਤ ਕਹਿੰਦੇ ਨੇ ਕਹਿੰਦੇ ਗਾਡਰ ਕਹਿੰਦੇ ਨੇ ਕਹਿੰਦੇ ਅਗਲੀ ਬਾਲ ਫਿਰ ਤੋਂ ਕਹਿੰਦੇ ਵਧੀਆ ਬਾਲ ਜੌਂਟੀ ਦੀ ਕਹਿੰਦੇ ਅਵੀ ਸਿੰਘ ਕਹਿੰਦਾ ਛੱਡ ਕਹਿੰਦਾ ਸਿੰਗਲ ਕਰਦੇ ਆ ਓਵਰ ਚ ਕਹਿੰਦਾ ਬਾਕੀਆਂ ਨੂੰ ਦੇਖਾਂਗੇ ਕਹਿੰਦਾ ਅਗਲਾ ਓਵਰ ਮਨਦੀਪ ਨੇ ਪਾਉਣਾ ਅਗਲੀ ਬਾਲ ਫਿਰ ਤੋਂ ਜੌਂਟੀ ਦੰਦਰਾਲੇ ਵਾਲੇ ਦੀ ਦੇ ਸਾਹਮਣੇ ਪ੍ਰਗਟ ਪ੍ਰਗਟ ਜਾਂ ਫਿਰ ਜੌਂਟੀ ਕਹਿੰਦੇ ਪ੍ਰਗਟ ਦਾ ਖੇਡਿਆ ਹੋਇਆ ਸ਼ਾਟ ਤੇ ਰਨ ਚਾਰ ਹੋ ਗਏ ਨੇ ਦੇਖ ਲਾ ਮਨਿੰਦਰ ਸਿਆ ਰਨ ਚਾਰ ਹੋ ਗਏ ਨੇ ਦੇਖੀ ਕਿਤੇ ਰਨਾਂ ਚ ਨਾ ਗੜਬੜ ਹੋ ਜਾਵੇ ਲਓ ਜੀ ਵੀਰੇ ਜਰਖਿਲਾ ਖੇੜੀ ਵਾਲਾ ਇੱਕ ਬੰਦਾ ਪਹੁੰਚ ਜਾਵੇ ਨੀ
ਪਾਸੇ ਨਾ ਭੱਜ ਇੱਕ ਚ ਵੱਜ ਜੌਂਟੀ ਦੰਦਰਾਲੇ ਵਾਲਿਆ ਉਹ ਡਰ ਲੱਗ ਰਿਹਾ ਉਹ ਡਰਨ ਦੀ ਲੋੜ ਨੀ ਤੇਰਾ ਤਾਂ ਓਵਰ ਉਹ ਵੇਖ ਕੇ ਕੱਢ ਰਹੇ ਨੇ ਅਗਲੀ ਬਾਲ ਫਿਰ ਤੋਂ ਜੌਂਟੀ ਦੀ ਪਰਗਟ ਕਹਿੰਦਾ ਵੇਖਣੇ ਵੁਖਣੇ ਵਾਲੀ ਕੀ ਗੱਲ ਆ ਬੋਲ ਤੇ ਚੱਕ ਛੱਕਾ ਛੱਕਾ ਨੀ ਬੋਲ ਥੱਲੇ ਲਾੜਪੁਰੀਆ ਲਿਆ ਕਹਿੰਦੇ ਕਹਿੰਦੇ ਲਾੜਪੁਰੀ ਨੇ ਫਾੜਿਆ ਪ੍ਰਗਟ ਕਹਿੰਦੇ ਲਓ ਜੀ ਲਾੜਪੁਰ ਦੀ ਟੀਮ ਦੀ ਬੈਟਿੰਗ ਉੱਤੇ ਬੋਲੀ ਬਹੁਤ ਸਿਰਾ ਕਹਿੰਦੇ ਹੁਣ ਤੱਕ ਅੱਤ ਕਰਵਾਈ ਆ ਲਾੜਪੁਰ ਵਾਲਿਆਂ ਨੇ ਕਹਿੰਦੇ ਮਨਦੀਪ ਤੇ ਮਾਣ ਕੀਤਾ ਜੌਂਟੀ ਤੇ ਮਾਣ ਕੀਤਾ ਕਹਿੰਦੇ ਲਓ ਜੀ ਤਾਂ ਹੀ ਫਾਈਨਲ ਤੱਕ ਪਹੁੰਚੇ ਨੇ ਲਾੜਪੁਰ ਵਾਲੇ ਹੱਲ ਮੈਨੂੰ ਪਤਾ ਲੱਗ ਗਿਆ ਦੀ ਪ੍ਰੋਬਲਮ ਕੀ ਆ ਕੱਢ ਲਿਆ ਹੱਲ ਇਹਦਾ ਬਸ ਸਟੈਂਡ ਨਹੀਂ ਸਹੀ ਟਾਈਟ ਨਹੀਂ ਕੀਤਾ ਅਗਲਾ ਬੋਲਰ ਕਹਿੰਦੇ ਮੈਨੂੰ ਲੱਗਦੀ ਆ ਟੋਨੀ ਆ ਗਿਆ ਮਨੀ ਬਾਬੇ ਨੈਟਵਰਕ ਦੀ ਪ੍ਰੋਬਲਮ ਇਹ ਹੁੰਦੀ ਆ ਕੈਮਰੇ 'ਚ ਪ੍ਰੋਬਲਮ ਜਦੋਂ ਹਵਾ ਚੱਲਦੀ ਆ ਸਟੈਂਡ ਹਿਲਦਾ ਉਦੋਂ ਬਲਾਰ ਹੁੰਦਾ ਏ ਤੂੰ ਸਟੈਂਡ ਫੜ ਕੇ ਦੇਖ ਕਹਿੰਦੇ ਅਗਲੀ ਬਾਲ ਮਨੀ ਦੀ ਤੇ ਸਟੈਂਡ ਫੜ ਕੇ ਉਹਦੇ ਮੂਰੇ ਉਂਗਲ ਕਰ ਕੈਮਰੇ ਦੇ ਉਂਗਲ ਕਰਕੇ ਸਾਈਡ ਨੂੰ ਕੱਢ ਦੇ ਕਹਿੰਦੇ ਆ ਕਹਿੰਦੇ ਕਾਲੂ ਜਾਦੂ ਸ਼ਾਟਾਂ ਦਾ ਮਾਹਿਰਾ ਉਂਗਲ ਮੂਰੇ ਕੈਮਰੇ ਦੀ ਉਂਗਲ ਕਰ ਲਾ ਕਰਕੇ ਮਗਰ ਸਾਰਾ ਕੋ ਬਲਾਰ ਹੋ ਜੂ ਫਿਰ ਉਹਨੂੰ ਪਾਸੇ ਕਰਦੀ ਕਰਕੇ ਸਟੈਂਡ ਫੜ ਕੇ ਰੱਖ ਜਦੋਂ ਹਵਾ ਚੱਲਦੀ ਉਦੋਂ ਬਲਾਰ ਹੁੰਦਾ ਨੈਟਵਰਕ 'ਚ ਕੋਈ ਪ੍ਰੋਬਲਮ ਨਹੀਂ ਕਾਲੂ ਮਨੀ ਸੇ ਕਾਲੂ ਨੇ ਐਲਾਨ ਕਰਤੇ ਨੇ ਆ ਪੰਜ ਬੋਲਾਂ 'ਚ ਤੈਨੂੰ ਤਿੰਨ ਛੱਕੇ ਪੱਕੇ ਨੇ ਹੁਣ ਵੀ ਮੈਂ ਦੇਖ ਕੇ ਹਟਿਆ ਮੈਂ ਧੁੰਦਲਾ ਜਿਹਾ ਹੁੰਦਾ ਏ ਉਹ ਕੈਮਰਾ ਹਵਾ ਹਿੱਲਣ ਨਾਲ ਹੁੰਦਾ ਏ ਕਹਿੰਦੇ ਲਓ ਜੀ ਇੱਕ ਮਿਸ ਹੋ ਗਈ ਚਾਰ ਬੋਲਾਂ ਦੋ ਛੱਕੇ ਦਾ ਪੱਕੇ ਨੇ ਕਾਲੂ ਕਹਿੰਦਾ ਕਹਿੰਦਾ ਜੇ ਛੱਕੇ ਨੋਟ ਕੀਤੀ ਸੀ ਗੱਲ ਤੂੰ ਮੈਨੂੰ ਫੜਾਈ ਏ ਮੇਰੇ ਵਾਲਾ ਲੈ ਕੇ ਜਾਣਾ ਪੈਂਦਾ ਗਿਆ ਲਓ ਜੀ ਕਹਿੰਦੇ ਮਨੀ ਦੀ ਅਗਲੀ ਬਾਲ ਤੇ ਸਾਹਮਣੇ ਕਾਲੂ ਚਾਰ ਬੋਲਾਂ ਦੋ ਛੱਕੇ ਵੱਜਦੇ ਆ ਜਾਂ ਤਿੰਨ ਵੱਜਦੇ ਆ ਟਾਈਮ ਦੱਸੂ ਕਹਿੰਦੇ ਲਓ ਜੀ ਪਹਿਲਾਂ ਵੱਜ ਚੁੱਕਿਆ ਕਿਉਂ ਮਨੀ ਸਿਆ ਆਉਂਦੀ ਆ ਗਰਮੀ ਸਮਝਾਉਣ ਦਾ ਕੋਈ ਫਾਇਦਾ ਨੀ ਗਾ ਜੇ ਪੈਣਾ ਤਾਂ ਪਈ ਜਾਣਾ ਤੂੰ ਇਹਨੂੰ ਕਹਿ ਬੋਲਾ ਤਗੜੀਆਂ ਹੋ ਗਈਆਂ ਲਓ ਜੀ ਕਹਿੰਦੇ ਅਗਲੀ ਬਾਲ ਮਨੀ ਦੀ ਤੇ ਆ ਬੋਲ ਤੇ ਹਵਾਈ ਫਾਇਰ ਤੇ ਰਨ ਕਹਿੰਦੇ ਆ ਕਾਲੂ ਆ ਕਾਲੂ ਤਾਂ ਫਿਰ ਕਹਿੰਦੇ ਕਾਲੂ ਆ ਕਿਉਂ ਮਨੀ ਸਿਆ ਉਹ ਤੈਨੂੰ ਦੱਸਿਆ ਸੀ ਨਾ ਚਾਰ ਬਾਲਾਂ ਦੋ ਪੱਕੇ ਨੇ ਕਹਿੰਦੇ ਲਓ ਜੀ ਦੋ ਬਾਲਾਂ ਰਹਿ ਗਈਆਂ ਤੈਨੂੰ ਤਿੰਨ ਕਿਹਾ ਸੀ ਆਹ ਬਾਲ ਤੇ ਵੀ ਤੈਨੂੰ ਛੱਕਾ ਵੱਜ ਗਿਆ ਨਾ ਲਾਸਟ ਬਾਲ ਤੇ ਤਾਂ ਤੈਨੂੰ ਮੱਲੋ ਮੱਲੀ ਪੈ ਜਾਣਾ ਕਾਲੂ ਕਹਿੰਦਾ ਨਹੀਂ ਆਹ ਬਾਲ ਤੇ ਮੈਂ ਇਹਨੂੰ ਛੱਕਾ ਨਹੀਂ ਮਾਰਨਾ ਇਹਨੂੰ ਮੈਂ ਸਿੰਗਲ ਦੇ ਕੇ ਨਾ ਅਗਲੇ ਨੂੰ ਮਿਲੂੰਗਾ ਕਹਿੰਦੇ ਦੇਖਦੇ ਆ ਕਾਲੂ ਕੀ ਕਰਦਾ ਛੱਕਾ ਮਾਰੂ ਜਾਂ ਅਗਲੇ ਨੂੰ ਮੈਨੂੰ ਟਾਈਮ ਦੱਸੂ ਸਮਾਂ ਦੱਸੂ ਕਹਿੰਦੇ ਲਓ ਜੀ ਅਗਲੀ ਬਾਲ ਫਿਰ ਤੋਂ ਮਨੀ ਦੀ ਤੇ ਸਾਹਮਣੇ ਕਾਲੂ ਤਿੰਨ ਛੱਕੇ ਮਾਰ ਚੁੱਕੇ ਓਵਰ ਦੇ ਵਿੱਚ ਚੌਥੇ ਦੀ ਟਰਾਈ ਦੇਖਦੇ ਆ ਚੌਥਾ 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 ਕਹਿੰਦੇ ਨਹੀਂ 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 ਕਹਿੰਦੇ ਵਧੀਆ ਬਾਲ ਤੇ ਵਧੀਆ ਸ਼ਾਟ ਦੀ ਵਧੀਆ ਫੀਲਡਿੰਗ ਅਗਲੀ ਬਾਲ ਕਹਿੰਦੇ ਫਿਰ ਤੋਂ ਮਨੀ ਦੀ ਤਿੰਨ ਕਹਿੰਦੇ ਅਗਲੀ ਬਾਲ ਮਨੀ ਦੀ ਤੇ ਟੋਨੀ ਵਾਰ ਵਾਰ ਸਮਝਾ ਰਹੇ ਆ ਕਹਿੰਦੇ ਮਨੀ ਦੀ ਬਾਲ ਤੇ ਸਾਹਮਣੇ ਫਿਰ ਤੋਂ ਕਾਲੂ ਤੇ ਰਨ ਛੇ ਹੋ ਗਏ ਨੇ ਕਹਿੰਦਾ ਆ ਕਾਲੂ ਆ ਮਨੀ ਉਹ ਛੱਕਾ ਖਾ ਮਨੀ ਦੋ ਵਾਰ ਦੀ ਸਮਾਪਤੀ ਤੇ ਰਨ ਵੱਧ ਕੇ ਹੋ ਗਏ ਨੇ 30 ਹੋ ਗਏ ਨੇ ਕਹਿੰਦੇ ਕਹਿੰਦੇ ਜਿੱਥੇ ਉਹ ਸਮਝ ਤਾਂ ਪਰੇ ਆ ਫੋਨ ਚੱਕਰ ਕੀ ਪੈ ਗਿਆ ਹੁਣ ਇਹਨੂੰ ਦੋ ਦਿਨ ਇਹਨੂੰ ਰੈਸਟ ਚਾਹੀਦੀ ਆ ਪਾਣੀ ਬਾਬੇ ਮਾੜੇ ਫੋਨ ਤੇ ਕਰਦੇ ਲਓ ਜੀ ਕਹਿੰਦੇ ਗੋਬਿੰਦਗੜ੍ਹ ਦੀ ਧਰਤੀ ਦਾ ਮਨਦੀਪ ਪਹੁੰਚ ਗਿਆ ਕਹਿੰਦੇ ਆਹ ਮੁੰਡਾ ਸਲੋਰਾਂ ਐਸੀਆਂ ਪਾਉਂਦਾ ਨਾ ਪਤਾ ਨਹੀਂ ਲੱਗਦਾ ਬਾਕੀ ਤੁਹਾਨੂੰ ਆਹ ਓਵਰ ਦੇ ਵਿੱਚ ਪਤਾ ਹੀ ਲੱਗ ਜਾਣਾ ਵੀ ਕਿਹੋ ਜਿਹੀਆਂ ਸਲੋਰਾਂ ਪਾਉਂਦਾ ਕਹਿੰਦੇ ਲਓ ਜੀ ਜ਼ਿਆਦਾਤਰ ਇਹ ਸਲੋਰ 'ਤੇ ਮਾਣ ਕਰਦਾ ਪਹਿਲੀ ਬੋਲ ਇਹ ਸ਼ਾਇਦ ਸਲੋਰ ਏ ਹੋਵੇ ਲਓ ਜੀ ਪਹਿਲੀ ਬੋਲ ਕਹਿੰਦੇ ਵਾਈਟ ਆ ਵਾਈਟ ਆ ਮਨਦੀਪ ਸਿੰਘ ਕਿਉਂ ਡਰ ਲੱਗਦਾ ਪਾਸੇ ਨਾ ਭੱਜ ਇੱਕ 'ਚ ਵੱਜ ਇੱਕ 'ਚ ਵੱਜ ਕਹਿੰਦੇ ਸਿੱਖ ਸਰਦਾਰ ਗੱਭਰੂ ਬੈਟਿੰਗ ਤੇ ਦੇ ਸਾਹਮਣੇ ਮਨਦੀਪ ਗੋਬਿੰਦਗੜ੍ਹੀਆ ਕਹਿੰਦੇ ਗੋਬਿੰਦਗੜ੍ਹ ਤੋਂ ਪਹੁੰਚਿਆ ਕਹਿੰਦੇ ਲਓ ਜੀ ਕਹਿੰਦੇ ਹਵਾਈ ਫਾਇਰ ਤੇ ਰਨ 6
ਲਓ ਜੀ ਕਹਿੰਦੇ ਮੈਨੂੰ ਲੱਗਦੀ ਆ ਮਨਦੀਪ ਨੂੰ ਵੀ ਤੇਜ਼ਾਬ ਬਣ ਲੱਗ ਗਿਆ, ਮਨਦੀਪ ਦਾ ਵੀ ਬੀਪੀ ਵਧਣ ਲੱਗ ਗਿਆ। ਕਹਿੰਦੇ ਇੱਕ ਬਾਲ ਰਨ 7 ਖਰਚ ਕਰ ਦਿੱਤੇ ਨੇ ਮਨਦੀਪ ਨੇ, ਮਨਦੀਪ ਸਿੰਘ ਇੱਕ ਬਾਲ ਰਨ 7 ਤੇ ਅਗਲੀ ਬਾਲ ਤੇ ਫਿਰ ਤੋਂ ਹਵਾਈ ਫਾਇਰ ਤੇ ਫੀਲਡਰ ਥੱਲੇ ਟੋਨੀ 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 ਟੋਨੀ। ਕਹਿੰਦੇ ਕੈਚ ਫੜ ਲਿਆ ਸਰਦਾਰ ਵੀ ਮੋੜਤਾ, ਕਹਿੰਦੇ ਲਓ ਜੀ ਖੁਸ਼ੀ ਆ ਗਿਆ ਖੁਸ਼ਾ, ਕਹਿੰਦੇ ਖੁਸ਼ ਆ ਗਿਆ ਅਗਲਾ ਬੈਟਸਮੈਨ। ਕਹਿੰਦੇ ਆਹ ਮੁੰਡੇ ਦੀ ਵੀ ਪੂਰੀ ਚੜ੍ਹਤ, ਕਹਿੰਦੇ ਆ ਵੀ ਸਿੰਗਲ ਵਿਕਟਾਂ ਦਾ ਜੇਤੂ ਆ, ਕਹਿੰਦੇ ਖੁਸ਼ੀ। ਕਹਿੰਦੇ ਮਨਦੀਪ ਨੇ ਲਓ ਜੀ ਸੀਰੀਜ਼ ਦੇ ਵਿੱਚ ਅੱਗੇ ਹੋਣ ਦੀ ਗੱਲ ਕਰੀ ਆ, ਮਨਦੀਪ ਸਿੰਘ ਸੀਰੀਜ਼ ਤਾਂ ਬਣਨੀ ਆ ਜੇ ਤੂੰ ਆਹ ਮੁੰਡੇ ਨੂੰ ਆਊਟ ਕਰੇ ਨਾ, ਆਹ ਟਾਈਮ ਦੀ ਘੜੀ ਦੀ ਸਭ ਤੋਂ ਵੱਡੀ ਸੂਈ ਆ, ਕਹਿੰਦੇ ਆਹ ਕਹਿੰਦੇ ਆਹ ਜਰਖਿਲਾ ਗਿਰੀ ਵਾਲਾ ਸਭ ਤੋਂ ਵੱਡੀ ਸੂਈ ਆ, ਕਹਿੰਦੇ ਜੇ ਆਹ ਚੱਕ ਲਈ ਨਾ ਬਾਕੀ ਸੂਈਆਂ ਤਾਂ ਉਈਓ ਟੁੱਟ ਜਾਣੀਆਂ ਨੇ। ਲਓ ਜੀ ਅਗਲੀ ਬਾਲ ਫਿਰ ਤੋਂ ਮਨਦੀਪ ਦੀ ਦੇ ਸਾਹਮਣੇ, ਉਹੀ ਕਹਿੰਦੇ ਛੱਕਿਆਂ ਦਾ ਬਾਦਸ਼ਾਹ ਰਿਵਰਸ ਕੀਤੀ ਟਰਾਈ, ਕਹਿੰਦੇ ਕੰਨੂ ਵਾਲੂ ਫਿਰਦਾ ਸੀਗਾ ਪਰ ਕਿੱਥੇ ਕੰਨੂ ਦੀ ਰੀਸ ਕੌਣ ਕਰ ਲੂ। ਅਗਲੀ ਬਾਲ ਫਿਰ ਤੋਂ ਕਹਿੰਦੇ ਮਨਦੀਪ ਦੀ, ਮਨਦੀਪ ਕਹਿੰਦਾ ਮਾਰੇ ਹੋਣਗੇ ਹੋਰਾਂ ਨੂੰ ਮਾਰੇ ਹੋਣਗੇ ਮੈਨੂੰ ਮਾਰੇ ਤਾਂ ਤੈਨੂੰ ਤਾਂ ਮੰਨੀਏ, ਪਰ ਕਾਲੂ ਵੀ ਕਹਿੰਦੇ ਦਿਮਾਗ ਦੀ ਕ੍ਰਿਕਟ ਖੇਡ ਰਿਹਾ, ਕਹਿੰਦਾ ਜੇ ਮਨਦੀਪ ਨੂੰ ਵਿਕਟ ਦੇਤੀ ਨਾ 5500 ਖਿਸਕ ਜਾਣਾ, ਦਿਮਾਗ ਦੀ ਕ੍ਰਿਕਟ ਖੇਡ ਰਿਹਾ। ਲਓ ਜੀ ਅਗਲੀ ਬਾਲ ਤੇ ਛੱਕਾ ਜਾ ਚੌਕਾ, ਕਹਿੰਦੇ ਲਓ ਜੀ ਦੱਸਿਆ ਸੀ ਨਾ ਤੁਹਾਨੂੰ, ਕਹਿੰਦੇ ਆ ਦਿਮਾਗ ਦੀ ਕ੍ਰਿਕਟ ਖੇਡ ਰਿਹਾ, ਜੇ ਕੋਈ ਹੋਰ ਬਾਲਰ ਹੁੰਦਾ ਤਾਂ ਛੱਕਾ ਟਰਾਈ ਦੀ, ਪਰ ਮਨਦੀਪ ਨੂੰ ਕਹਿੰਦੇ ਵਿਕਟ ਨਹੀਂ ਦੇਣੀ, ਆਪਾਂ ਤਾਂ ਉਈ ਕਾਊਂਟ ਕਰੀ ਜਾਂਦੇ ਰਨ, ਇਹ ਤਾਂ ਆਪਣੇ ਪਹਿਲੇ ਹੀ ਕਾਊਂਟ ਕਰੀ ਫਿਰਦੇ ਹੁੰਦੇ ਨੇ ਵੀ ਉਹ ਮੇਰੇ ਤੋਂ ਅੱਗੇ ਆ ਉਹ ਮੇਰੇ ਤੋਂ ਅੱਗੇ ਆ। ਲਓ ਜੀ ਮਨਦੀਪ ਸਿੰਘ ਅਗਲੀ ਬਾਲ ਤਗੜੀ ਪਾਉਣੀ ਪੈਣੀ ਆ, ਸਾਹਮਣੇ ਕਹਿੰਦੇ ਖੁਸ਼ਾ ਦੇਖਿਆ, ਫਿਰ ਖੁਸ਼ੇ ਨੇ ਵੀ ਕਹਿੰਦੇ ਦਿਮਾਗ ਲਾਇਆ ਵੀ ਮਨਦੀਪ ਨੂੰ ਨੀ ਵਿਕਟ ਦੇਣੀ, ਮਨਦੀਪ ਨੂੰ ਨੀ ਵਿਕਟ ਦੇਣੀ। ਕਹਿੰਦੇ ਮਨਦੀਪ ਕਹਿੰਦਾ ਕੋਈ ਗੱਲ ਨੀ, ਵਿਕਟ ਨਹੀਂ ਦਿੱਤੀ ਤੁਹਾਡਾ ਮੋਰ ਬਣਾਊਂਗਾ। ਤਿੰਨ ਓਵਰਾਂ ਦੀ ਸਮਾਪਤੀ ਤੇ ਰਨ 38 ਹੋ ਗਏ ਨੇ। ਕਹਿੰਦੇ ਅਗਲਾ ਬੋਲਰ ਟੋਨੀ ਜਾਂ ਮਣੀ ਜਾਂ ਲਾਲੀ, ਸਮਾਂ ਦੱਸੂ ਕੌਣ ਪਾਊ ਓਵਰ ਕੌਣ ਪਾਊ। ਕਹਿੰਦੇ ਆ ਸਿਰੇ ਦਾ ਕਾਪਾ, ਆ ਜੱਸੇ ਉਹਨਾਂ ਦਾ ਕਾਪਾ, ਆ ਮਨਿੰਦਰ ਉਹਨਾਂ ਦਾ ਕਾਪਾ, ਆ ਕਹਿੰਦੇ ਸੀਪੇ ਉਹਨਾਂ ਦਾ ਕਾਪਾ, ਰਾਜੂ ਉਹਨਾਂ ਦਾ ਕਾਪਾ, ਕਹਿੰਦੇ ਆ ਸਿਰੇ ਦਾ ਕਾਪਾ। ਕਹਿੰਦੇ ਇੱਦਾਂ ਦੇ ਕੱਪ ਕਰਾਇਆ ਕਰੋ ਜੇ ਕਰਵਾਉਣੇ ਨੇ, ਕਹਿੰਦੇ ਕੀ ਫਾਇਦਾ ਸਿੱਧਾ ਫਾਈਨਲ ਖੇਡ ਕੇ ਕਮੇਟੀ ਵਾਲਿਓ, ਇੱਦਾਂ ਦੇ ਕੱਪ ਕਰਾਇਆ ਕਰੋ। ਕਹਿੰਦੇ ਮੁੰਡਿਆਂ ਨੇ ਕਹਿੰਦੇ ਸਿਰਾ ਕਰਾਤਾ, ਮਿਹਨਤ ਕੀਤੀ ਆ। ਕਹਿੰਦੇ ਅਗਲੀ ਬਾਲ ਟੋਨੀ ਦੀ ਦੇ ਸਾਹਮਣੇ, ਕਹਿੰਦੇ ਕਾਲੂ ਦੀ ਬਾਲ ਤੇ ਰਨ 4 ਹੋ ਗਏ ਨੇ। ਕਹਿੰਦੇ ਵਧੀਆ ਬਾਲ ਸੀ ਤੇ ਰਨ 4 ਆ, ਪਲੇਟ ਆ ਵੀਰੇ ਇਹ ਬੈਟ ਲੱਗਿਆ ਸੀ। ਕਹਿੰਦੇ ਵਧੀਆ ਬਾਲ ਤੇ ਵੀ ਰਨ 4 ਆ ਗਏ ਨੇ, ਇੱਥੋਂ ਪਤਾ ਲੱਗਦਾ ਕਿਸਮਤਾਂ ਦਾ। ਕਹਿੰਦੇ ਫਿਰ ਤੋਂ ਵਧੀਆ ਬਾਲ ਮਨੀ ਦੀ, ਫਿਰ ਤੋਂ ਵਧੀਆ ਬਾਲ ਟੋਨੀ ਦੀ, ਲੰਬੀ ਬਾਲ ਕਹਿੰਦੇ ਟੋਨੀ ਨੇ ਬੰਨ ਕੇ ਖੜਾਤਾ ਕਾਲੂ। ਕਹਿੰਦੇ ਅਗਲੀ ਬਾਲ ਫਿਰ ਤੋਂ ਟੋਨੀ ਦੀ ਤੇ ਸਾਹਮਣੇ ਸਟ੍ਰੈਕ ਤੇ ਜਰਖਲਾਂ ਗੇੜੀ ਵਾਲਾ। ਕਹਿੰਦੇ ਰਨ 3 ਓਵਰ 38 ਹੋ ਗਏ ਸੀ। ਕਹਿੰਦੇ ਅਗਲੀ ਬਾਲ ਟੋਨੀ ਦੀ ਤੇ ਹਵਾਈ ਫਾਇਰ ਜਾਂ ਫਿਰ ਕਹਿੰਦੇ ਨੋ ਬਾਲ ਤੇ ਫ੍ਰੀ ਹਿੱਟ ਮਿਲੇ ਬਾਲਰ ਲਈ। ਪਾਣੀ ਲੈ ਜਾਓ ਜੀ, ਕਿਹੜੇ ਪਾਣੀ ਲੈ ਕੇ ਜਾਈ ਬੱਬਲ। ਵੀਰ ਦੇ ਬਾਲ ਲੱਗੀ ਵੀਰੇ, ਦੇਖ ਲਓ ਮੜਾ ਯਾਰ, ਫ੍ਰੀ ਹਿੱਟ ਆ ਵੀਰੇ, ਫ੍ਰੀ ਹਿੱਟ। ਮੇਰਾ ਬੜਾ ਹੋਣਾ ਹੈ ਜੀ।
ਕਹਿੰਦੇ ਲਓ ਜੀ ਅਗਲੀ ਬਾਲ ਟੋਨੀ ਦੀ ਦੇ ਸਾਹਮਣੇ ਉਹੀ ਜਖਮੀ ਸ਼ੇਰ ਕਹਿੰਦੇ ਫ੍ਰੀ ਹਿੱਟ ਸੀ ਕਹਿੰਦੇ ਫ੍ਰੀ ਹਿੱਟ ਸੀ ਆਊਟ ਨੀਗਾ ਵੀਰੇ ਆਹ ਕਹਿੰਦੇ ਮੌਕਾ ਮੌਕਾ ਰੇ ਮੌਕਾ ਕਹਿੰਦੇ ਕਾਲੂ ਤਾਂ ਫਿਰ ਕਾਲੂ ਏ ਆ ਰਨ ਫਿਰ ਤੋਂ ਛੇ ਕਹਿੰਦੇ ਆਹ ਮੁੰਡਾ ਵੀ 5500 ਕਰੀ ਜਾਂਦਾ ਕਹਿੰਦੇ ਸਵੇਰ ਤੋਂ ਵਧੀਆ ਬੈਟਿੰਗ ਕਰ ਰਿਹਾ ਕਹਿੰਦੇ ਲਓ ਜੀ ਅਗਲੀ ਬਾਲ ਟੋਨੀ ਦੀ ਟੋਨੀ ਸਿਆ ਤੈਨੂੰ ਇੱਕ ਛੱਕਾ ਵੱਜ ਗਿਆ ਦੂਜਾ ਹੋਰ ਵੱਜੂ ਕਾਲੂ ਕਹਿੰਦਾ ਵੱਜੂ ਪੱਕੀ ਗੱਲ ਆ ਆਹ ਬਾਲ ਤੇ ਛੱਕਾ ਹੋਰ ਵੱਜੂ ਫਿਰ ਰਨ ਚਾਰ ਨੇ ਕਹਿੰਦਾ ਮੁੰਡਾ ਨੀ ਤਾਂ ਕੁੜੀ ਪੱਕੀ ਆ ਛੱਕਾ ਨੀ ਤਾਂ ਚੌਕਾ ਪੱਕਾ ਕਹਿੰਦੇ ਦਿਮਾਗੀ ਕ੍ਰਿਕਟ ਖੇਡ ਰਿਹਾ ਕਾਲੂ ਦਿਮਾਗੀ ਕ੍ਰਿਕਟ ਖੇਡ ਰਿਹਾ ਲਾੜਪੁਰ ਵਾਲੇ ਉਹ ਰਨ ਬਾਲੇ ਹੋ ਗਏ ਨੇ ਹਲੇ ਓਵਰ ਤੀਜਾ ਚੌਥਾ ਦੇ ਰਨ 50 ਹੋ ਗਏ ਨੇ ਲਗਭਗ ਕਹਿੰਦੇ ਟੋਨੀ ਦੇ ਮੈਨੂੰ ਲੱਗਦੀ ਆ ਤੇਜ਼ ਬਣ ਰਿਹਾ ਅਗਲੀ ਬਾਲ ਟੋਨੀ ਦੇ ਤੇ ਆਹ ਬਾਲ ਤੇ ਵੀ ਛੱਕਾ ਜਾਂ ਚੌਕਾ ਤੇ ਰਿਵਰਸ ਬਾਲ ਹਵਾ ਦੇ ਵਿੱਚ ਤੇ ਫੀਲਡਰ ਥੱਲੇ ਕਾਲੂ ਫੜਿਆ ਗਿਆ ਕੈਚ ਉਹਨੇ ਬੜਾ ਕਸੂਤਾ ਕੀਤਾ ਟੋਨੀ ਦੀ ਖੁਸ਼ੀ ਦੇਖੋ ਉਹ ਲਾੜਪੁਰ ਵਾਲੇ ਉਹ ਸਿਰਾਈ ਕਰਤਾ ਕਹਿੰਦੇ ਕਾਲੂ ਵੀ ਮੋੜਤਾ ਕਹਿੰਦੇ 4 ਓਵਰਾਂ ਦੀ ਸਮਾਪਤੀ ਤੇ ਰਨ 53 ਹੋ ਗਏ ਨੇ ਜਿਹਦੇ ਵਿੱਚੋਂ 36 ਕਾਲੂ ਦੇ ਨੇ ਮੈਂ ਕਿਹਾ ਉਹ ਨੰਗ ਗਿਆ ਅੱਗੇ ਚਾਰ ਓਵਰਾਂ ਦੀ ਸਮਾਪਤੀ ਤੇ ਰਨ ਕਹਿੰਦੇ 53 ਹੋ ਗਏ ਨੇ 53 ਹੋ ਗਏ ਨੇ ਕਹਿੰਦੇ 53 ਸਕੋਰ ਹੋ ਗਏ ਨੇ 4 ਓਵਰਾਂ ਦੇ ਵਿੱਚ ਕਹਿੰਦੇ ਮਨਦੀਪ ਨੇ ਵੀ ਸਕੋਰ ਕਰਨੇ ਆ ਮਨਦੀਪ ਨੇ ਵੀ ਬੈਟਿੰਗ ਕਰਨੀ ਆ ਗੱਲ ਕਹਿੰਦੇ ਸਾਰੀ ਮਨਦੀਪ ਤੇ ਖੜਨੀ ਆ ਜੌਂਟੀ ਤੇ ਖੜਨੀ ਆ ਕਹਿੰਦੇ ਸੁੱਖੇ ਨੇ ਦੇਖਣਾ ਕਹਿੰਦੇ ਅਗਲੀ ਬਾਲ ਕਹਿੰਦੇ ਲਾਲੀ ਦੀ ਕਹਿੰਦੇ ਅਗਲਾ ਬੋਲਰ ਲਾਲੀ ਆ ਗਿਆ ਲਓ ਜੀ ਕਹਿੰਦੇ ਲਾਲੀ ਦੀ ਬਾਲ ਤੇ ਸਾਹਮਣੇ ਖੁਸ਼ਾ ਜਲਖਿੱਲਾ ਖੇੜੀ ਵਾਲਾ ਲਾਲੀ ਦੀ ਵਧੀਆ ਬਾਲ ਤੇ ਵਧੀਆ ਟਰਾਈ ਕਹਿੰਦੇ ਆਹ ਮੁੰਡੇ ਦੀ ਫੀਲਡਿੰਗ ਦੇਖੋ ਸਵੇਰ ਦਾ ਕਹਿੰਦੇ ਇੱਕ ਵੀ ਬਾਲ 5 ਫੁੱਟ ਇੱਧਰ ਪੈਂਦੇ 5 ਫੁੱਟ ਉੱਧਰ ਜੀ ਨਹੀਂ ਲੰਘਣ ਦਿੱਤੀ ਕਹਿੰਦੇ ਬੁਲਰ ਦਾ ਨਾਮ ਲਾਲੀ ਆ ਗਗਨ ਬੈਟਸਮੈਨ ਆਇਆ ਅਗਲਾ ਬੈਟਸਮੈਨ ਕਹਿੰਦੇ ਗਗਨ ਆਇਆ ਖੁਸ਼ੇ ਦੀ ਕਹਿੰਦੇ ਦੇਖਦੇ ਹਾਂ ਅਗਲੀ ਬਾਲ ਤੇ ਕੀ ਟਰਾਈ ਆ ਕਹਿੰਦੇ ਬੈਟ ਤੇ ਬਾਲ ਦਾ ਕੋਈ ਮੇਲ ਨਹੀਂ ਖੁਸ਼ੇ ਸਿਆ ਬੈਟ ਤੇ ਬਾਲ ਦਾ ਕੋਈ ਮੇਲ ਨਹੀਂ ਉਹ ਬਾਲ ਜਿਹੜਾ ਬੰਦਾ ਕਰਦਾ ਉਹ ਤਾਂ ਕੀ ਕਰਦਾ ਉਹ ਬੰਦਾ ਬਾਲ ਬੜੀ ਘੈਂਟ ਆਉਂਦੀ ਹੈ ਯਾਰ ਕਹਿੰਦੇ ਲਾੜਪੁਰ ਵਾਲਿਆਂ ਨੇ ਵਧੀਆ ਬਾਲਾਂ ਪਾਈਆਂ ਨੇ ਹੁਣ ਤੱਕ 5ਵੇਂ ਓਵਰ ਦੀ ਸ਼ੁਰੂਆਤ ਕਹਿੰਦੇ ਵਧੀਆ ਹੋਈ ਆ ਤੇ ਹਵਾਈ ਫਾਇਰ ਤੇ ਰਨ ਫਿਰ 2-6 ਹੋ ਗਏ ਨੇ ਕਹਿੰਦੇ 2 ਬਾਲਾਂ ਤਾਂ ਉਈਓ ਮਿਸ ਪਾ ਦੀਆਂ ਤੈ ਲਾਲੀ ਸਿਆ ਅਗਲੀਆਂ ਬਾਲਾਂ ਮਿਸ ਪਾਵੇ ਨਾ ਤੈਨੂੰ ਤਾਂ ਮੰਨੀਏ ਖੁਸ਼ਾ ਕਹਿੰਦਾ ਮਿਸ ਪੈਣ ਨਹੀਂ ਦੇਣੀਆਂ ਲਾਲੀ ਕਹਿੰਦਾ ਮੈਂ ਪਾਉਣੀਆਂ ਨੇ ਅਗਲੀ ਗੱਲ ਦੇਖਦੇ ਆ ਕੀ ਬਣਦੀ ਆ ਕਹਿੰਦੇ ਲਾਲੀ ਮਿਸ ਪਾਊ ਜਾਂ ਫਿਰ ਖੁਸ਼ਾ ਹਵਾਈ ਫਾਇਰ ਜਾਂ ਫਿਰ ਛੱਕਾ ਲਾਊ ਦੇਖਦੇ ਆ ਕਹਿੰਦੇ ਲਾਲੀ ਦੀ ਅਗਲੀ ਬਾਲ ਤੇ ਖੁਸ਼ਾ ਤਿਆਰ ਆ 3 ਬਾਲਾਂ ਦੇ ਵਿੱਚ 1 ਛੱਕਾ ਵੱਜ ਚੁੱਕਿਆ ਕਹਿੰਦੇ ਲੈਫਟੀ ਕਹਿੰਦਾ ਜੇ 3 ਬਾਲਾਂ 1 ਛੱਕਾ ਹੋਰ ਵੱਜਿਆ ਕਹਿੰਦਾ ਰਨ ਬਹੁਤ ਹੋ ਜਾਣੇ ਨੇ 3 ਬਾਲਾਂ ਬਾਕੀ 5ਵੇਂ ਓਵਰ ਦੀਆਂ ਤੇ ਅਗਲੀ ਬਾਲ ਤੇ ਹਵਾਈ ਫਾਇਰ ਦੀ ਲੜਾਈ ਤੇ ਬਾਲ ਤੇ ਬੈਟ ਦਾ ਕੋਈ ਮੇਲ ਨਹੀਂ ਖੁਸ਼ਿਆ ਔਰ ਬੈਟ ਤੇ ਬਾਲ ਦਾ ਕੋਈ ਮੇਲ ਨਹੀਂ ਖੇਡਿਆ ਹੋਇਆ ਸ਼ਾਟ ਤੇ ਸਿੱਧਾ ਹੱਥਾਂ ਦੇ ਵਿੱਚ ਕੈਚ ਖੁਸ਼ਾ ਵੀ ਮੋੜਤਾ ਰੌਲਾ ਪੈ ਜਾਣਾ ਸੀ ਨਾ
ਕਹਿੰਦੇ ਲਾਲੀ ਨੇ ਖੁਸ਼ੀ ਖੁਸ਼ਾ ਮੋੜਤਾ। ਉੱਨੀਵਾਂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਬਾਬਾ ਰਾਮ ਸਨ ਸਪੋਰਟਸ ਕਲੱਬ ਕੋਟਲਾ ਜੀ ਨੇ ਦੇਖੇ ਸਰਦਾਰ ਕੁਲਵਿੰਦਰ ਸਿੰਘ ਬੜੈਚ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ। ਅਸੀਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ ਸਮੂਹ ਨਗਰ ਦਾ, ਐਨ ਆਰ ਆਈ ਵੀਰਾਂ ਦਾ ਅਤੇ ਸਮੂਹ ਪੰਚਾਇਤ ਦਾ, ਜਿਹਦੇ ਵਿੱਚ ਸਰਦਾਰ ਦਵਿੰਦਰ ਸਿੰਘ ਸਰਪੰਚ ਸਾਡੇ ਨਾਲ ਮੌਜੂਦ ਨੇ, ਅਸੀਂ ਜੀ ਆਇਆਂ ਆਖਦੇ ਹਾਂ। ਉਹਨਾਂ ਦੇ ਨਾਲ ਸਰਦਾਰ ਸੁਖਵਿੰਦਰ ਸਿੰਘ ਬੜੈਚ, ਉਹ ਵੀ ਸਾਡੇ ਕੋਲ ਮੌਜੂਦ ਨੇ, ਅਸੀਂ ਉਹਨਾਂ ਦਾ ਵਿੱਚ ਦਿਲੋਂ ਧੰਨਵਾਦ ਕਰਦੇ ਹਾਂ, ਜੀ ਆਇਆਂ ਆਖਦੇ ਹਾਂ। ਅਤੇ ਨਾਲ ਮਨਪ੍ਰੀਤ ਸਿੰਘ ਗਿੱਲ, ਹਰਪ੍ਰੀਤ ਸਿੰਘ ਬੜੈਚ ਅਤੇ ਗੁਰਦੀਪ ਸਿੰਘ ਥਿੰਦ ਅਤੇ ਜੱਸਾ ਮਾਨ ਅਤੇ ਉਹਨਾਂ ਦੇ ਨਾਲ ਸਾਡੇ ਸਾਰੇ ਯਾਰ ਆਏ ਹੋਏ ਨੇ, ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੀ ਸਾਡੇ ਵੀਰੇ ਦੇ ਛੋਟੇ ਵੀਰਾ ਮੇਰਾ ਸਰਦਾਰ ਕੁਲਵਿੰਦਰ ਸਿੰਘ ਬੜੈਚ ਦੀ ਨਿੱਘੀ ਯਾਦ ਨੂੰ ਸਮਰਪਿਤ ਹੈ ਵੀ ਅਸੀਂ ਜਦੋਂ ਤੱਕ ਹੈਗੇ ਹਾਂ ਤਾਂ ਅਸੀਂ ਵਾਅਦਾ ਕਰਦੇ ਹਾਂ ਕਿ ਵੀਰ ਦੇ ਯਾਦ ਦੇ ਵਿੱਚ ਟੂਰਨਾਮੈਂਟ ਲੱਗਦੇ ਰਹਿਣਗੇ ਅਤੇ ਮੇਲੇ ਲੱਗਦੇ ਰਹਿਣਗੇ। ਅਸੀਂ ਇਹ ਵਾਅਦਾ ਕਰਦੇ ਹਾਂ ਸਾਰੀਆਂ ਟੀਮਾਂ ਦੇ ਨਾਲ ਅਤੇ ਸਮੂਹ ਨਗਰ ਦੇ ਨਾਲ ਵੀ ਸਾਡਾ ਵੀਰਾ ਸਾਨੂੰ ਛੱਡ ਕੇ ਚਲਿਆ ਗਿਆ ਪਰ ਸਾਡੇ ਦਿਲਾਂ ਦੇ ਵਿੱਚ ਅੱਜ ਵੀ ਉਹ ਮੌਜੂਦ ਹੈ ਵੀ ਸਰਦਾਰ ਕੁਲਵਿੰਦਰ ਸਿੰਘ ਬੜੈਚ ਦੀ ਨਿੱਘੀ ਯਾਦ ਨੂੰ ਸਮਰਪਿਤ ਟੂਰਨਾਮੈਂਟ ਹੈ। ਅਗਲੀ ਗੱਲ ਮੇਰਾ ਦਿਲਾ ਥਾਪੜ ਕਰੂਗਾ। ਕਹਿੰਦੇ ਬਹੁਤ ਵਧੀਆ ਟੂਰਨਾਮੈਂਟ ਕਰਵਾਇਆ ਕੋਟਲੇ ਅਜਨੇਰ ਵਾਲਿਆਂ ਨੇ ਤੇ ਧੰਨਵਾਦ ਕਰਦੇ ਹਾਂ ਸਾਰੇ ਮੁੱਖ ਮਹਿਮਾਨਾਂ ਦਾ। ਕਹਿੰਦੇ ਲਾਸਟ ਓਵਰ ਦੀ ਕਹਿੰਦੇ ਲਾਸਟ ਓਵਰ ਮਨੀ ਦਾ ਕਹਿੰਦੇ ਸਾਹਮਣੇ ਬੈਟਿੰਗ ਤੇ ਕਹਿੰਦੇ ਨਿੱਕਾ ਪਹੁੰਚਿਆ, ਕਹਿੰਦੇ ਦੁਨੀਆ ਕਹਿੰਦੀ ਨਿੱਕਾ ਨਿੱਕਾ ਮਹਿਤਾ ਜੰਮਿਆ ਮਰ ਕੇ ਫੁੱਲ ਗੁਲਾਬ ਦਿਆ ਆ ਜਾ ਨਦੀ ਚ ਤਰਕੇ। ਮਨੀ ਦੀ ਬੋਲ ਤੇ ਸਾਹਮਣੇ ਨਿੱਕਾ ਨਿੱਕਾ ਕੀ ਕਰੂ, ਕਹਿੰਦੇ ਜਾਂ ਨਿੱਕੀਆਂ ਗੱਲਾਂ ਜਾਂ ਫਿਰ ਮਨੀ ਮੋੜਤਾ, ਮਨੀ ਨੇ ਨਿੱਕਾ ਮੋੜਤਾ, ਕਹਿੰਦੇ ਸੌਰੀ ਕਹਿੰਦੇ ਟੋਨੀ ਨੇ ਨਿੱਕਾ ਮੋੜਤਾ, ਨਿੱਕਾ ਮੋੜਤਾ ਕਹਿੰਦੇ। ਓਵਰ ਇੱਕ ਹੋਰ ਪਿਆ ਏ ਲਾਇਆ ਨਹੀਂ ਤੂੰ ਸਹੀ ਏ ਟੱਪਾ ਰੱਖ, ਇਹਨੇ ਓਵਰ ਲਾਇਆ ਨਹੀਂ ਅਜੇ ਨਾ ਤਾਂ ਇਹਨੇ ਨਾ ਮੇਰੀ ਤਾਂ ਕਟਾਈ ਏ, ਤਿੰਨ ਛੇ ਸਿੱਕੇ ਖਾ ਗਏ ਕਟਾਈ ਹੋ ਗਈ, ਮੇਰਾ ਧਿਆਨ ਕਿੱਥੇ ਸੀ ਬਾਬੇ ਉਦੋਂ। ਕਹਿੰਦੇ ਲਓ ਜੀ ਜਾਂਟਾ ਪਹੁੰਚ ਗਿਆ ਸਿੱਖ ਸਰਦਾਰ ਗੱਭਰੂ, ਕਹਿੰਦੇ ਜਾਂਟਾ ਪਹੁੰਚ ਗਿਆ ਖੇੜੀ ਵਾਲਾ, ਕਹਿੰਦੇ ਲਓ ਜੀ ਲਹਾਰ ਮਾਂਡਰੇ ਵਾਲਾ ਵੀ ਪਹੁੰਚਿਆ, ਇਹਦਾ ਵੀ ਧੰਨਵਾਦ ਕਰਦੇ ਹਾਂ ਅਸੀਂ। ਸਾਹਮਣੇ ਕਹਿੰਦੇ ਜਾਂਟਾ ਜਾਂਟੇ ਸਿਆ ਰਨ 63 ਨੇ ਹਲੇ ਤੱਕ, ਆ ਟੋਨੀ ਨੂੰ ਛੱਕਾ ਮਾਰਦੇ ਰਿਵਰਸ ਹੋ ਗਿਆ ਤੇ ਜਾਂਟਾ ਰਨ ਕਹਿੰਦੇ 4 ਜਾਂ ਮਨਦੀਪ ਦੀ ਵਧੀਆ ਫੀਲਡਿੰਗ ਤੇ ਰਨ 1 ਹੋ ਗਿਆ, ਰਨ 1 ਹੋ ਗਿਆ ਜਾਂਟੇ ਜਿਆ, ਜੇ ਸਿੱਧਾ ਹੀ ਮਾਰਨਾ ਸੀ ਫਿਰ ਸਿੱਧਾ ਹੀ ਬੈਟਰਾ ਮਾਰਦਾ, ਰਿਵਰਸ ਹੋਣ ਦੀ ਕੀ ਲੋੜ ਸੀ, ਕੀ ਲੋੜ ਸੀ ਰਿਵਰਸ ਹੋਣ ਦੀ। ਟੋਨੀ ਦੀ ਵਧੀਆ ਬੋਲ ਬੰਨ ਕੇ ਖੜਾ ਦਿਆ ਤੇ ਗਗਨ ਟ੍ਰੈਕ ਤੇ ਸਾਹਮਣੇ ਟੋਨੀ ਦੀ 7 ਨੰਬਰ ਦੇ ਵਿੱਚ ਕਿੱਟ ਦੇ ਵਿੱਚ ਟੋਨੀ, ਲਗਭਗ 2 ਕੁ ਬੋਲਾਂ ਬਾਕੀ ਨੇ ਟੋਨੀ ਸਿਆ, 2 ਬੋਲਾਂ ਜੇ ਵਿੱਚ ਜੇ 1 ਛੱਕਾ ਪੈ ਗਿਆ ਰਨ ਬੱਸੋਂ ਬਾਹਰ ਹੋ ਜਾਣੇ ਨੇ, ਰਨ ਬੱਸੋਂ ਬਾਹਰ ਹੋ ਜਾਣੇ ਆ, ਬੱਸੋਂ ਬਾਹਰ ਹੋ ਜਾਣੇ ਨੇ ਤੇ ਕੈਚ ਡ੍ਰੌਪ, ਲਾੜਪੁਰ ਵਾਲੇ ਨੇ ਕੈਚ ਡ੍ਰੌਪ ਕਰਤਾ ਕਹਿੰਦੇ ਆ ਟੋਪੀ ਵਾਲੇ ਮੁੰਡੇ ਨੇ। ਦਿਨ ਮਾੜਾ ਤੂੰ ਮੇਰਾ ਦਿਨ ਮਾੜਾ ਲੈ ਕੇ ਤੇ ਸਾਹਮਣੇ ਫਿਰ ਤੋਂ ਕਹਿੰਦੇ ਜਾਂਟਾ ਸਿੱਖ ਸਰਦਾਰ ਗੱਭਰੂ, ਕਹਿੰਦੇ ਪਹਿਲਾਂ ਰਿਵਰਸ ਮਾਰਿਆ ਸੀ ਜਾਂਟੇ ਸਿਆਂ, ਜੇ 1 ਛੱਕਾ ਮਾਰੇ ਤਾਂ ਮੈਚ ਫਿਰ ਤੋਂ ਵਾਪਸੀ, ਕਹਿੰਦੇ ਫਿਰ ਤੋਂ ਵਧੀਆ ਬਾਲ ਤੇ ਰਨ ਆਊਟ ਹੋ ਗਿਆ। 6 ਓਵਰਾਂ ਦੀ ਸਮਾਪਤੀ ਤੇ ਲਗਭਗ ਰਨ 66 ਹੋ ਗਏ ਨੇ, 66 ਦਾ ਟਾਰਗੇਟ ਆ ਵੀਰੇ, 65 ਸਕੋਰ ਹੋਏ ਨੇ, 66 ਦਾ ਟਾਰਗੇਟ ਆ ਵੀਰੇ। ਜਲਦੀ ਆ ਜਾਓ ਮਨਦੀਪ ਤੇ ਚੌਂਟੀ ਦੇ ਸਾਹਮਣੇ, ਕਹਿੰਦੇ ਫੀਲਡਿੰਗ ਵੀਰੇ ਜਲਦੀ ਫਿੱਟ ਕਰ ਲਓ, ਜਲਦੀ ਸੈੱਟ ਕਰ ਲਓ ਵੀਰੇ ਫੀਲਡਿੰਗ। ਸੋ 47
ਵੀਰੇ ਜਲਦੀ ਤੋਂ ਜਲਦੀ ਵੀਰੇ ਫੀਲਡਿੰਗ ਸੈੱਟ ਕਰ ਲਓ ਵੀਰੇ, ਕਿਉਂਕਿ ਵੀਰੇ ਮੌਸਮ ਦੇਖ ਲਓ ਵੀਰੇ, ਮੌਸਮ ਸਾਥ ਨਹੀਂ ਦੇ ਰਿਹਾ। ਵੀਰੇ ਕਿਉਂ ਨੀ ਪਹੁੰਚ ਰਹੇ ਬੈਟਸਮੈਨ ਵੀਰੇ, ਲਾਟਪੁਰ ਵਾਲੇ ਹੋ ਜਲਦੀ ਪਹੁੰਚੋ ਵੀਰੇ, ਫਿਰ ਤੁਹਾਨੂੰ ਹਨੇਰਾ ਹੋਣਾ। ਆ ਜਾਓ ਵੀਰੇ ਜਲਦੀ, ਲਓ ਜੀ ਕਹਿੰਦੇ ਆ ਗਿਆ ਮਨਦੀਪ ਤੇ ਜੌਂਟੀ ਦੰਦਰਾਲਾ। ਗੋਲੂ ਠੋਕੀ ਉਧਰ ਚੱਲੀ ਬੈਠੇ ਗੋਲੂ ਨਾ, ਹਾਂ ਤਿੰਨ ਛੱਕੇ ਮਾਰ ਆਨੰਦਪੁਰ ਤੋਂ ਵੀ ਇਹੀ ਆਇਆ ਨਾ ਵੀਰੇ ਗੋਲੀ। ਬੋਲਾਂ ਘਸਾ ਲਓ ਵੀਰੇ ਲਾਟਪੁਰ ਵਾਲੇ ਹੋ, ਯਾਰ ਵੀਰੇ ਬੰਦਾ ਖੜਾ ਇਹਨੂੰ ਕੱਦਾ ਤਾਂ ਗਿਆ, ਘਸਾ ਹੀ ਨਹੀਂ ਰਿਹਾ ਯਾਰ। ਹੋਏ ਪੀਤਾ ਗਰੀਬਾ ਵਾਲਾ ਛੱਡ ਲੈਣਾ।
ਕੰਨੂ ਦੇ ਨਹੀਂ ਇੰਨੇ ਹੈਗੇ ਕੰਨੂ ਤਾਂ ਦੂਏ ਵਿਕਟਾਂ ਲੈ ਗਿਆ ਸੈਮੀ ਚ ਵੀ ਇਹ ਚ ਵੀ ਲੈ ਗਿਆ ਸੈਮੀ ਚ ਤਾਂ ਜੀਰੋ ਤੇ ਮਤਲਬ ਪਹਿਲੀ ਦੀ ਆਊਟ ਹੋ ਗਿਆ ਸੀ ਲਓ ਜੀ ਕਹਿੰਦੇ ਅਗਲੀ ਬਾਲ ਫਿਰ ਤੋਂ ਕਹਿੰਦੇ ਲੈਫਟੀ ਦੀ ਤੇ ਸਾਹਮਣੇ ਮੈਨੂੰ ਲੱਗਦੀ ਆ ਮਨਦੀਪ ਮੋੜਤਾ ਜਾਂ ਨਹੀਂ ਕਹਿੰਦੇ ਓਵਰ ਦੀ ਸਮਾਪਤੀ ਇੱਕ ਓਵਰ ਦੀ ਸਮਾਪਤੀ ਤੇ ਕਿੰਨੇ ਹੋ ਗਏ ਨੇ ਦੱਸੀ ਮੈਨੇ ਦਰਸਿਆ 6 ਰਨ ਕਹਿੰਦੇ ਬੰਦ ਓਵਰ ਲਾ ਗਿਆ ਲੈਫਟੀ ਕਹਿੰਦੇ ਦਿਲੋਂ ਧੰਨਵਾਦ ਕਰਦੇ ਹਾਂ ਸੁਖਵਿੰਦਰ ਸਿੰਘ ਜੀ ਦਾ ਦਵਿੰਦਰ ਸਿੰਘ ਮਾਨ ਸਰਪੰਚ ਸਾਹਿਬ ਜੀ ਜਸਕਰਨ ਸਿੰਘ ਮਾਨ ਮਨਪ੍ਰੀਤ ਸਿੰਘ ਗਿੱਲ ਗੁਰਦੀਪ ਸਿੰਘ ਸੋਨੀ ਹਰਪ੍ਰੀਤ ਸਿੰਘ ਬੜੈਚ ਨਿਰਮਲ ਸਿੰਘ ਗਿੱਲ ਕਹਿੰਦੇ ਇਹਨਾਂ ਵੱਲੋਂ ਕਹਿੰਦੇ ਕਮੇਟੀ ਵੱਲੋਂ ਕਹਿੰਦੇ ਅਗਲੇ ਟੂਰਨਾਮੈਂਟ ਦੀ ਅਨਾਊਂਸ ਕੀਤੀ ਜਾ ਰਹੀ ਹੈ ਵੀਰੇ ਸਾਰੇ ਵੀਰੇ ਧਿਆਨ ਨਾਲ ਸੁਣਿਓ ਕਹਿੰਦੇ ਅਗਲੇ ਸਾਲ ਟੂਰਨਾਮੈਂਟ ਕਰਵਾਉਣਾ ਕਹਿੰਦੇ ਟੂਰਨਾਮੈਂਟ ਨਹੀਂ ਮਹਾਕੁੰਭ ਕਰਵਾਉਣਾ ਪਹਿਲਾ ਨਾਮ 71,000 ਰੱਖਣਾ ਦੂਜਾ ਨਾਮ ਕਹਿੰਦੇ 41,000 ਕਹਿੰਦੇ ਮੈਨ ਆਫ ਦੀ ਸੀਰੀਜ਼ ਨਵਾਂ ਮੋਟਰਸਾਈਕਲ ਦੇਣਾ ਇੱਕ ਵਾਰ ਵੀਰੇ ਕਮੇਟੀ ਦੇ ਨਾਂ ਤੇ ਤਾੜੀਆਂ ਮਾਰ ਦਿਓ ਕਹਿੰਦੇ ਵਧੀਆ ਕੱਪ ਕਰਵਾਉਣਾ ਕਹਿੰਦੇ ਅਗਲੇ ਸਾਲ ਮਹਾਕੁੰਭ ਕਰਵਾਉਣਾ ਲਓ ਜੀ ਕਹਿੰਦੇ ਪ੍ਰਗਟ ਸਾਹਮਣੇ ਜੌਂਟੀ ਕਹਿੰਦੇ ਜੌਂਟੀ ਦਾ ਖੇਡਿਆ ਸ਼ੋਟ ਤੇ ਰਨ 6 ਹੋ ਗਏ ਨੇ ਰਨ 6 ਹੋ ਗਏ ਨੇ ਕਿੰਨੇ ਬਣਾਉਣੇ ਆ ਭਾਜੀ ਕਹਿੰਦੇ ਅਗਲੀ ਬਾਲ ਫਿਰ ਤੋਂ ਅਭੀਦੀ ਦੇ ਸਾਹਮਣੇ ਕਹਿੰਦੇ ਵਾਈਡ ਬਾਲ ਅਭੀ ਸਿੰਘ ਪਾਸੇ ਨਾ ਭੱਜ ਹਿੱਕ ਚ ਵੱਜ ਆ ਜੌਂਟੀ ਦਾ ਡੰਡਾ ਗੋਲ ਕਰ ਫਿਰ ਜਾ ਕੇ ਕਿਤੇ ਮੈਚ ਜਿੱਤੇ ਜਾਣੇ ਨੇ ਜੌਂਟੀ ਜਾਂ ਮਨਦੀਪ ਨੂੰ ਮੋੜਤਾ ਨਾ ਫਿਰ ਜਾ ਕੇ ਮੈਚ ਜਿੱਤ ਹੋਣਾ ਨਹੀਂ ਫਿਰ ਔਖਾ ਹੋ ਜਾਣਾ ਕੰਮ ਇਹਨਾਂ ਨੇ 3 ਓਵਰਾਂ ਦੇ ਵਿੱਚ ਇਹ ਮੈਚ ਲਵੇ ਲਾ ਦੇਣਾ 3 ਓਵਰਾਂ ਦੇ ਵਿੱਚ ਮੈਚ ਲਵੇ ਲਾ ਦੇਣਾ ਵਧੀਆ ਬਾਲ ਪ੍ਰਗਟ ਦੀ ਤੇ ਰਨ 1 ਦੇ ਵਾਧੇ ਹੋ ਗਏ ਨੇ ਰਨ 1 ਦੇ ਵਾਧੇ ਹੋ ਗਏ ਨੇ ਟਰੈਕ ਤੇ ਕਹਿੰਦੇ ਮਨਦੀਪ ਪਹੁੰਚ ਗਿਆ ਜੇ ਆਹ ਮੁੰਡਾ ਫੜ ਲਿਆ ਨਾ ਸੀਰੀਜ਼ ਥੋਡੇ 'ਚ ਜਾਣੀ ਆ ਜੇ ਕਹਿੰਦੇ ਆਹ ਮੁੰਡੇ ਨੇ 10 ਜਾਂ 20 ਰਨ ਹੋਰ ਕਰਤੇ ਨਾ ਸੁਣਨ ਚ ਆਈ ਆ ਵੀ ਸੀਰੀਜ਼ ਮਨਦੀਪ ਨੇ ਲੈ ਜਾਣੀ ਆ ਸੀਰੀਜ਼ ਕਹਿੰਦੇ ਗੋਬਿੰਦਗੜ੍ਹ ਜਾਂ ਫਿਰ ਖੇੜੀ ਜਾਂ ਫਿਰ ਚੰਡੀਗੜ੍ਹ ਇਹ ਟਾਈਮ ਦੱਸੂ ਸਮਾਂ ਦੱਸੂ ਅਗਲੀ ਬਾਲ ਫਿਰ ਤੋਂ ਪ੍ਰਗਟ ਦੀ ਜੇ ਖੇਡਿਆ ਹੋਇਆ ਸ਼ੋਟ ਤੇ ਰਨ 4 ਕਹਿੰਦੇ ਲਹਾਰ ਮਾਜਰੇ ਵਾਲੇ ਤੋਂ ਫੜਨੀ ਹੋਈ ਬਾਲ ਕਹਿੰਦੇ ਉਹ ਵੀ ਕੀ ਕਰੇ ਸਰੀਰ ਏ ਬਹੁਤ ਭਾਰਾ ਮੁੰਡੇ ਦਾ ਮਨਦੀਪ ਸਿਆਂ ਨੇ ਵੀ ਐਲਾਨ ਪ੍ਰਗਟ ਸਿਆਂ ਤੇਰਾ ਮੋੜ ਬਣਾ ਦੇਣਾ ਆਹ ਬਾਲ ਤੇ ਤੈਨੂੰ ਛੱਕਾ ਜਾਂ ਚੌਕਾ ਦੇਖਦੇ ਆ ਗੱਲ ਕੀ ਬਣਦੀ ਆ ਕਹਿੰਦੇ ਛੱਕਾ ਮਾਰ ਦਿੱਤਾ ਮਨਦੀਪ ਦਾ ਖੇਡਿਆ ਹੋਇਆ ਸ਼ੋਟ ਤੇ ਰਨ ਫਿਰ 2-6 ਉਹ ਰਤਨਹਿੜੀ ਵਾਲੇ ਉਹ ਜਲਦੀ ਬਾਲ ਪੁੱਜਦੀ ਕਰ ਦੋ ਮੈਚ ਕਿਤੇ ਠੰਡਾ ਜਿਹਾ ਨਾ ਪੈ ਜਾਵੇ ਜਲਦੀ ਬਾਲ ਪੁੱਜਦੀ ਕਰ ਦੋ ਪ੍ਰਗਟ ਸਿਆਂ ਮਨਦੀਪ ਨੇ ਐਲਾਨ ਕੀਤੇ ਹੋਏ ਨੇ ਛੱਕੇ ਚੌਕੇ ਨਾਲੇ ਗੱਲ ਕਰਨੀ ਆ ਛੱਕੇ ਚੌਕੇ ਨਾਲੇ ਗੱਲ ਕਰਨੀ ਆ ਕਹਿੰਦੇ ਵਧੀਆ ਫੀਲਡਿੰਗ ਕਾਲੂ ਦੁਬਾਰਾ ਜੇ ਕਿਤੇ ਕਾਲੂ ਸਿਆਂ ਥੋੜੀ ਜਿਹੀ ਤੇਜ਼ ਹੁੰਦੀ ਹੱਥ 'ਚ ਗਿਰ ਜਾਣੀ ਸੀ ਕਹਿੰਦੇ ਮਨਦੀਪ ਦਾ ਖੇਡਿਆ ਹੋਇਆ ਸ਼ੋਟ ਹਵਾਈ ਫੈਰ ਨਹੀਂ ਮਿਸ ਫੈਰ ਹੋਇਆ ਮਨਦੀਪ ਦਾ ਦੋ ਓਵਰਾਂ ਦੀ ਸਮਾਪਤੀ ਤੇ ਵੀਰੇ ਸਕੋਰ ਦੱਸਿਓ ਕਿੰਨੇ ਹੋ ਗਏ ਨੇ ਕਹਿੰਦੇ 24 ਹੋ ਗਏ ਨੇ ਦੋ ਓਵਰੀ ਸਮਾਪਤੀ ਤੇ ਧੰਨਵਾਦ ਕਰਦੇ ਹਾਂ ਕਮੇਟੀ ਦਾ ਜਿਹਨਾਂ ਨੇ ਏਡਾ ਵਧੀਆ ਉਪਰਾਲਾ ਕੀਤਾ ਕਹਿੰਦੇ ਅਗਲੇ ਸਾਲ ਮਹਾਕੁੰਭ 71-41 ਦੀਆਂ ਗੱਲਾਂ ਹੋਈਆਂ ਨੇ ਮੋਟਰਸਾਈਕਲ ਦੀਆਂ ਗੱਲਾਂ ਹੋਣੀਆਂ ਨੇ ਕਹਿੰਦੇ ਮੋਟਰਸਾਈਕਲ ਦੀਆਂ ਗੱਲਾਂ ਹੋਣੀਆਂ ਨੇ ਕਹਿੰਦੇ ਬੈਟਾਂ ਵਾਲੀ ਪਤਾ ਨਹੀਂ ਕੀ ਰੱਖਣਾ ਸਰਪ੍ਰਾਈਜ਼ ਰੱਖਣਾ ਉਹ ਵੀ ਕਹਿੰਦੇ ਵਧੀਆ ਚੀਜ਼ਾਂ ਰੱਖਣੀਆਂ ਕਹਿੰਦੇ ਜਾਂਦਾ ਫਰਿੱਜੇ ਰੱਖਣੀਆਂ 28 ਹੋ ਗਏ ਆ ਵੀਰੇ 24 ਵੀਰੇ 24 ਵੀਰੇ ਅਗਲੀ ਬਾਲ ਕਹਿੰਦੇ ਖੁਸ਼ ਨਹੀਂ ਕਹਿੰਦੇ ਆ ਮੁੰਡੇ ਨੇ ਸੈਮੀ ਮੈਚ ਕੱਢਿਆ ਸੀਗਾ ਕਹਿੰਦੇ ਖੈਰ ਤੋਂ ਵਧੀਆ ਬਾਲ ਜਾਂਦੀ ਸੀਗਾ ਕੀ ਗੱਲ ਸਮਝ ਨਹੀਂ ਲੱਗ ਰਹੀ ਬਾਲ ਦੀ ਆ ਮੁੰਡੇ ਦੀਆਂ ਬਾਲਾਂ ਔਖੀਆਂ ਨੇ ਸਮਝਣੀਆਂ ਆ ਖੁਸ਼ ਆ ਕਹਿੰਦੇ ਵਧੀਆ ਬਾਲਾਂ ਬਾਲਾ
ਕਹਿੰਦੇ ਵਧੀਆ ਬੋਲ ਆਉਂਦਾ ਗੋਲ ਫਿਰ ਤੋਂ ਕਹਿੰਦੇ ਖੁਸ਼ੇ ਦੀ ਤੇ ਸਾਹਮਣੇ ਜੌਂਟੀ ਦੰਦਰਾਲੇ ਵਾਲਾ ਜੌਂਟੀ ਦੰਦਰਾਲੇ ਵਾਲਾ ਤੇ ਥੱਲੇ ਕਹਿੰਦੇ ਪ੍ਰਗਟ ਆਸੇ ਬੈਂਡ ਨੇ ਆਸੇ ਬੈਂਡ ਫਿਲਡਰਾਂ ਕਹਿੰਦੇ ਸਾਰੀ ਗੱਲ ਕਹਿੰਦੇ ਕੀਤੇ ਖੜੀ ਆ ਸਾਰੀ ਗੱਲ ਅਮਰਿੰਦਰ ਸਿੰਘ ਮਨਦੀਪ ਤੇ ਖੜੀ ਆ ਕਹਿੰਦੇ ਆ ਜਾ ਵੀ ਸੁੱਖੇ ਸਿਆ ਉਹ ਜਲਦੀ ਪਹੁੰਚ ਜਾ ਜਲਦੀ ਪੁੱਜ ਜਾ ਕਹਿੰਦੇ ਫਿਰ ਦੇਖੀ ਗੱਲ ਬਣਦੀ ਸੁੱਖਾ ਕਹਿੰਦਾ ਮਨਦੀਪ ਸਿੰਘ ਕਹਿੰਦੇ ਸਾਰੀ ਗੱਲ ਮਨਦੀਪ ਤੇ ਖੜੀ ਆ ਸੁੱਖਾ ਕਹਿੰਦਾ ਮਨਦੀਪ ਸਿੰਘ ਜੇ ਛੇ ਚੱਕੇ ਚਾਹੀਦੇ ਨੇ ਨਾ ਤੂੰ ਤਿੰਨ ਮਾਰਦੀ ਦੋ ਮੈਂ ਮਾਰ ਦੂ ਬਾਕੀ ਛੇ ਭੱਜ ਕੇ ਆਵਾਂਗੇ ਕਹਿੰਦੇ ਵਧੀਆ ਬੋਲ ਖੁਸ਼ੇ ਦੀ ਆਹ ਮੁੰਡੇ ਨੇ ਕਹਿੰਦੇ ਸਵੇਰ ਤੋਂ ਵਧੀਆ ਬੋਲ ਕੀਤੀ ਵੀ ਆ ਕਹਿੰਦੇ ਆਹ ਮੁੰਡੇ ਦਾ ਕਹਿੰਦੇ ਮਨਦੀਪ ਨਾਲ ਭਾਈਆਂ ਤੋਂ ਵੱਧ ਪਿਆਰਾ ਪ੍ਰਗਟ ਨਾਲ ਮਨਦੀਪ ਦਾ ਭਾਈਆਂ ਤੋਂ ਵੱਧ ਪਿਆਰਾ ਕਹਿੰਦੇ ਅੱਜ ਕਹਿੰਦੇ ਦੁਸ਼ਮਣ ਬਣੀ ਫਿਰਦੇ ਆ ਇੱਕ ਦੂਜੇ ਦੇ ਕਹਿੰਦੇ ਇੱਕ ਦੂਜੇ ਨਾਲ ਜੰਗ ਚੱਲ ਰਹੀ ਆ ਇਹ ਜੰਗ ਕਹਿੰਦੇ ਕੋਈ ਆਪਸੀ ਜੰਗ ਨੀ ਇਹ ਕਹਿੰਦੇ ਪਿਆਰ ਦੀ ਜੰਗ ਆ ਕ੍ਰਿਕਟ ਦੀ ਜੰਗ ਆ ਕਹਿੰਦੇ ਅਗਲੀ ਬਾਲ ਫਿਰ ਤੋਂ ਖੁਸ਼ੀ ਦੀ ਤੇ ਸਾਹਮਣੇ ਮਨਦੀਪ 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 ਦਾ ਖੇਡਿਆ ਹੋਇਆ ਸੇਵਰ ਸਿੰਗਲ ਆ ਕਹਿੰਦੇ ਵੀਰੇ ਬੋਲਾਂ ਪੁੱਜਦੀਆਂ ਕਰ ਦੋ ਪਹੁੰਚ ਗਿਆ ਕਹਿੰਦੇ ਲਾਡਪੁਰ ਦੀ ਧਰਤੀ ਦਾ ਆਹ ਮੁੰਡੇ ਦੀ ਵੀ ਕਹਿੰਦੇ ਆਪਣੇ ਟਾਈਮ ਦੇ ਵਿੱਚ ਤੂਤੀ ਬੋਲਦੀ ਸੀ ਆਹ ਮੁੰਡੇ ਨੇ ਕ੍ਰਿਕਟ ਛੱਡਦੀ ਸੀ ਕਹਿੰਦੇ ਦੁਬਾਰਾ ਗਰਾਊਂਡਾਂ 'ਚ ਆਇਆ ਆਹ ਮੁੰਡਾ ਕਹਿੰਦੇ ਇਹਦੀ ਚੜ੍ਹਤਾ ਪੂਰੀ ਚੜ੍ਹਾਈ ਆ ਅਗਲੀ ਬੋਲ ਖੁਸ਼ੇ ਦੀ ਦੇ ਸਾਹਮਣੇ ਕਹਿੰਦੇ ਖੇਡਿਆ ਖੇਡਿਆ ਸ਼ਾਟ ਤੇ ਬੈਟ ਤੇ ਬੋਲ ਦਾ ਕੋਈ ਮੇਲ ਨੀਗਾ ਕੋਈ ਮੇਲ ਨੀ ਜ਼ਬਰਦਸਤ ਅਪੀਲ ਅੰਪਾਇਰ ਦਾ ਕੋਈ ਗੱਲ ਨੀ ਵੀਰੇ ਟੈਨਸ਼ਨ ਨਾ ਲਓ ਕਿਸੇ ਨਾਲ ਕੋਈ ਧੱਕਾ ਨੀ ਹੁੰਦਾ ਆਊਟ ਕਹਿੰਦੇ ਧੋਖਾ ਮੋੜਤਾ ਕਹਿੰਦੇ ਅੰਪਾਇਰ ਦੇ ਵਧੀਆ ਡਿਸੀਜਨ ਕਹਿੰਦੇ ਜੀ ਕਾਨੂੰਨੀ ਪਤਾ ਲੱਗੀ ਸਲਾਹ ਕਰੀ ਆ ਸਲਾਹ ਕਰਕੇ ਕਹਿੰਦੇ ਆਊਟ ਆ ਆਊਟ ਸੁੱਖਾ ਮੋੜਤਾ ਲਓ ਜੀ ਕਹਿੰਦੇ ਗੁੰਡਾ ਆ ਗਿਆ ਗੁੰਡਾ ਆ ਗਿਆ ਜੰਗੀ ਆ ਗਿਆ ਸੋਰੀ ਵੀਰੇ ਖੁਸ਼ੇ ਸਿਆ ਜੇ ਰਨ 20-25 ਕਰੇ ਹੁੰਦੇ ਨਾ ਸੀਰੀਜ਼ ਪੱਕੀ ਸੀ ਰੰਨੇ ਨਹੀਂ ਕਰੇ ਪਤੰਦਰਾ ਵਿਕਟਾਂ ਦਾ ਬਹੁਤ ਹੋ ਗਈਆਂ ਕਹਿੰਦੇ ਲਓ ਜੀ ਜੰਗੀ ਦਾ ਖੇਡਿਆ ਸ਼ਾਟ ਦੇ ਰਨ ਛੇ ਹੋ ਗਏ ਨੇ ਆ ਵੀ ਦੱਸੀ ਕਿਹਾ ਮਨਿੰਦਰ ਸਿਆ ਕਿੰਨੇ ਹੋ ਗਏ ਮਨਿੰਦਰ ਕਹਿੰਦਾ 31 ਹੋ ਗਏ ਸਰਦਾਰ ਸਾਡੇ ਦਰਮਿਆਨ ਪੁੱਜ ਜਾਣਾ ਉਹਨਾਂ ਦੇ ਸਾਥੀ ਯਾਰ ਦੋ ਮੁੰਡਿਆਂ ਤੇ ਵਿਕਟਾਂ ਦੇਣਾ ਆ ਜੇ ਵਿਕਟ ਲੈ ਗਿਆ ਮੁੰਡਾ ਮਨਦੀਪ ਉਸ ਪਾਸੇ ਆ ਮਨਦੀਪ ਸਿੰਘ ਜੇ ਤੇ ਆ ਮੁੰਡੇ ਨੂੰ ਵਿਕਟ ਨਾ ਦਿੱਤੀ ਸੀਰੀਜ਼ ਤੇਰੇ ਵਾਲੇ ਪਾਸੇ ਆ ਉਹ ਸੀਰੀਜ਼ ਰਨ 4 ਹੋ ਗਏ ਨੇ ਵੱਧ ਕੇ ਰਨ 4 ਹੋ ਗਏ ਨੇ ਕਹਿੰਦੇ ਲਓ ਜੀ ਆ ਕੈਚ ਨੀ ਆ ਮੈਚ ਮਿਸ ਕਰਤਾ ਵੀਰੇ ਆ ਔਖੇ ਕੈਚ ਫੜੂਗੇ ਨਾ ਉਹ ਤਾਂ ਹੀ ਮੈਚ ਜਿੱਤੇ ਜਾਂਦੇ ਨੇ ਆ ਕੈਚ ਬਣਦਾ ਸੀਗਾ ਵੀਰੇ ਕੈਚ ਬਣਦਾ ਸੀਗਾ ਆ ਪਤਾ ਲੈਫਟੀ ਨੂੰ ਚੰਡੀਗੜ੍ਹੀਏ ਨੂੰ ਪਤਾ ਪ੍ਰਗਟ ਨੂੰ ਪਤਾ ਖੁਸ਼ੇ ਨੂੰ ਪਤਾ ਕਹਿੰਦੇ ਕਾਲੂ ਨੂੰ ਵੀ ਆ ਵਿਕਟ ਕਿੰਨੀ ਜ਼ਰੂਰੀ ਆ ਉਹ ਵੇਖੋ ਖੁਸ਼ੀ ਉਹ ਖੁਸ਼ੀ ਖੁਸ਼ੀ ਵੇਖੋ ਲਓ ਜੀ ਕਹਿੰਦੇ ਮੈਚ ਦਾ ਕਹਿੰਦੇ ਜਵਾਨੀ ਭੂਖ ਨੇ ਚ ਫਸ ਗਈ ਲਾਡਪੁਰ ਵਾਲਿਆਂ ਦੀ ਕੀ ਹੋ ਗਿਆ
ਨੱਬੇ ਰਨ ਬਣ ਗਏ ਬਾਬੇ ਤੇ ਉਹਨੇ ਭੱਜ ਕੇ 15-20 ਤਾਂ ਬਣਾਈ ਹੋਣੇ ਆ ਚੱਕਾ ਦੋ ਛੱਕੇ ਤਾਂ ਆਏ ਪਿਆ ਉਹਦੇ 120 ਹੋ ਗਏ ਫਿਰ 7 ਵਿਕਟ 8 ਆਈਆਂ ਵਾ ਉਹਦੀਆਂ ਬਾਈ ਦੀਆਂ ਮਨਦੀਪ ਮੋੜਤਾ ਨਾ ਇਹਨਾਂ ਦਾ ਆਪਾਂ ਕਹਿੰਦਾ ਇੰਜਣ ਕਰਾਂਗੇ ਆਪਾਂ ਇਹਨਾਂ ਨੂੰ ਹਰਾਵਾਂਗੇ ਉਹ ਕੋਈ ਗੱਲ ਨੀ ਫਿਰ ਤੂੰ ਖੇਡਿਆ ਹੋਇਆ ਸ਼ਾਟ ਭੱਜ ਕਹਿੰਦੇ ਭੱਜ ਇੱਕ ਰਨ ਦੇ ਵਾਧੇ ਹੋ ਗਏ ਨੇ ਸਾਹਮਣੇ ਕਹਿੰਦੇ ਜੰਗੀ ਆ ਗਿਆ ਇਹਨੇ ਪਹਿਲੀ ਬਾਲ ਤੇ ਛੱਕਾ ਮਾਰਿਆ ਸੀ ਤੇ ਅਗਲੀ ਗੱਲ ਫਿਰ ਤੋਂ ਦੇਖਦੇ ਆ ਕੀ ਕਰਦਾ ਜੰਗੀ ਕਹਿੰਦੇ ਪਹਿਲੀ ਬਾਲ ਤੇ ਛੱਕਾ ਮਾਰਿਆ ਸੀ ਕਹਿੰਦੇ ਕਾਲੂ ਦੀ ਬਾਲ ਤੇ ਸਾਹਮਣੇ ਜੰਗੀ ਫਿਰ ਤੋਂ ਵਧੀਆ ਬਾਲ ਤੇ ਰਨ ਇੱਕ ਹੋ ਗਿਆ ਰਨ ਅਗਲੀ ਬਾਲ ਫਿਰ ਤੋਂ ਕਾਲੂ ਦੀ ਤੇ ਸਾਹਮਣੇ ਕਹਿੰਦੇ ਆ ਮੁੰਡੇ ਦਾ ਖੇਡਿਆ ਸ਼ਾਟ ਕਹਿੰਦੇ ਰਨ ਮਿਸ ਫੀਲਡਿੰਗ ਤੇ ਰਨ ਦੋ ਹੋ ਗਏ ਨੇ ਜਿੱਥੇ ਕਹਿੰਦੇ ਇੱਕ ਸੀ ਨਾ ਉੱਥੇ ਦੋ ਹੋ ਗਏ ਨੇ ਅਗਲੀ ਗੱਲ ਪੰਤਾਲੀ ਹੋ ਗਏ ਨੇ ਵੀਰੇ ਕਹਿੰਦੇ 4 ਓਵਰਾਂ ਦੀ ਸਮਾਪਤੀ ਤੇ 45 ਹੋ ਗਏ ਨੇ ਵੀਰੇ 21 ਸਕੋਰ ਰਹਿ ਗਏ 12 ਬੋਲਾਂ ਤੇ ਮੈਨੂੰ ਲੱਗਦੀ ਆ ਪਹਿਲਾਂ ਵੀ ਸੈਮੀ ਦੇ ਵਿੱਚ 21 ਓ ਰਹਿੰਦੇ ਸੀ ਕਹਿੰਦੇ ਖੁਸ਼ੇ ਨੇ ਬੰਦ ਓਵਰ ਲਾਇਆ ਸੀ ਮੈਨੂੰ ਲੱਗਦੀ ਆ ਫਿਰ ਖੁਸ਼ ਆ ਗਿਆ ਜੰਗੀ ਕਹਿੰਦਾ ਕੋਈ ਗੱਲ ਨੀ ਖੁਸ਼ੇ ਸਿਆ ਉਹ ਟੈਮ ਬੰਦ ਓਵਰ ਪਹਿਲਾਂ ਲਾਇਆ ਹੋਣਾ ਹਰ ਵਾਰ ਟੈਮ ਨੀ ਹੁੰਦਾ ਹਰ ਵਾਰ ਸਮਾਂ ਨੀ ਹੁੰਦਾ ਕਹਿੰਦਾ ਸਮਾਂ ਹਰ ਵਾਰ ਤੇਰਾ ਨੀ ਹੋਣਾ ਇਸ ਵਾਰ ਮੇਰਾ ਸਮਾਂ ਵੀ ਹੋਣਾ ਕਹਿੰਦੇ ਲਓ ਜੀ ਪਹਿਲੀ ਬਾਲ ਤੇ ਨਾ 6 ਹੋ ਗਏ ਨੇ ਕਹਿੰਦੇ ਲਓ ਜੀ ਰਨ ਕਹਿੰਦੇ 15 ਰਹਿ ਗਏ ਨੇ ਖੁਸ਼ੇ ਦਾ ਮੈਨੂੰ ਲੱਗਦੀ ਆ ਵਜਨ ਘਟ ਗਿਆ ਲੱਕ ਤੇ ਪੈਂਟ ਨਹੀਂ ਖੜ ਰਹੀ ਕਹਿੰਦੇ ਖੁਸ਼ੇ ਸਿਆ ਉਹ ਡਰਨ ਦੀ ਕੋਈ ਲੋੜ ਨੀ ਹਲੇ 15 ਪਏ ਨੇ ਜੇ ਆ ਜੰਗੀ ਮੋੜ ਤਾਂ 15 ਵੀ ਫਸ ਜਾਣੇ ਨੇ ਤੈਨੂੰ ਪਤਾ ਹੀ ਆ ਕਹਿੰਦੇ ਆ ਪਿੱਚ ਤੇ ਆ ਗਰਾਊਂਡ ਤੇ ਕਹਿੰਦੇ 15 ਜ਼ਿਆਦਾ ਵੀ ਨੀ ਤੇ 15 ਘੱਟ ਵੀ ਨੀ ਧੰਨਵਾਦ ਕਰਦੇ ਆ ਕਹਿੰਦੇ ਅਸੀਂ ਅਜਨੇਰ ਵਾਲੇ ਬਰਿੰਦਰ ਦਾ ਕਹਿੰਦੇ ਇੱਥੇ ਪਹੁੰਚਿਆ ਕਹਿੰਦੇ ਦਿਲੋਂ ਧੰਨਵਾਦ ਕਰਦੇ ਆ ਅਜਨੇਰ ਵਾਲੇ ਬਰਿੰਦਰ ਦਾ ਅਗਲੀ ਬਾਲ ਖੁਸ਼ੇ ਦੀ ਤੇ ਸਾਹਮਣੇ ਜੰਗੀ ਦਾ ਖੇਡਿਆ ਸ਼ਾਟ ਤੇ ਰਨ ਫਿਰ ਤੋਂ ਇੱਕ ਜੰਗੀ ਕਹਿੰਦਾ ਕੋਈ ਗੱਲ ਨੀ ਇੱਕ ਛੱਕਾ ਆ ਗਿਆ 15 ਰਹਿੰਦੇ ਸੀ 14 ਰਹਿ ਗਏ ਕਹਿੰਦੇ ਆ 10 ਬਾਲਾਂ ਦੇ ਵਿੱਚ ਰਨ 14 ਬਾਕੀ ਨੇ ਛੱਕੇ ਦੋ ਬਾਕੀ ਨੇ ਰਨ 14 ਬਾਕੀ ਨੇ ਦੋ ਛੱਕੇ ਲੱਗਣੇ ਆ ਆ ਬਾਲ ਕਹਿੰਦੇ ਡੈਡ ਬਾਲ ਹੋ ਗਈ ਆ ਕਹਿੰਦੇ ਡੈਡ ਬਾਲ ਹੋ ਗਈ ਆ ਮੈਨੂੰ ਲੱਗਦੀ ਆ ਉਹ ਖੁਸ਼ੇ ਸਿਆ ਉਹ ਤੈਨੂੰ ਗਰਮੀ ਆ ਰਹੀ ਆ ਤਿਉਣੀ ਆ ਰਹੀਆਂ ਨੇ ਮੈਨੂੰ ਲੱਗਦੀ ਆ ਤੇਰਾ ਬੀਪੀ ਵੱਧ ਗਿਆ ਇਹਨੂੰ ਉਹਨੂੰ ਲਿਆਈਏ ਦੇਖਦੇ ਆ ਕਹਿੰਦੇ ਇਹਨੂੰ ਲਿਆਉਣੀ ਪੈਣੀ ਆ ਮੈਨੂੰ ਲੱਗਦੀ ਆ ਅਗਲੀਆਂ ਬੋਲਾਂ ਤੇ ਕਹਿੰਦੇ ਖੁਸ਼ੇ ਨੂੰ ਕਹਿੰਦੇ ਮੈਨੂੰ ਲੱਗਦੀ ਆ ਡਾਕਟਰ ਦੀ ਲੋੜ ਆ ਬੀਪੀ ਵੱਧ ਗਿਆ ਖੁਸ਼ੇ ਦਾ ਅਗਲੀ ਬਾਲ ਖੁਸ਼ੇ ਦੀ ਤੇ ਸਾਹਮਣੇ ਲਾਟਪੁਰ ਵਾਲਾ ਆ ਮੁੰਡੇ ਨੇ ਇੱਕ ਛੱਕਾ ਮਾਰਿਆ ਤੇ ਫਿਰ ਤੋਂ ਵਾਈਡ ਬਾਲ ਤੇ ਰਨ 5 ਹੋ ਗਏ ਨੇ ਮੈਨੂੰ ਪਤਾ ਸੀ ਖੁਸ਼ੇ ਦਾ ਬੀਪੀ ਵੱਧ ਗਿਆ ਖੁਸ਼ੇ ਨੂੰ ਡਰ ਲੱਗਦਾ ਹੁਣ ਲਾਟਪੁਰ ਵਾਲਿਆਂ ਤੋਂ ਡਰ ਲੱਗਦਾ ਮਨਿੰਦਰ ਕਹਿੰਦਾ ਗੱਲ ਪੱਕੀ ਆ ਖੁਸ਼ਾ ਡਰ ਰਿਹਾ ਲਾਟਪੁਰ ਵਾਲਿਆਂ ਤੋਂ ਬਾਲਾਂ ਕਿੰਨੀਆਂ ਪਈਆਂ 9 10 ਵੀ 2 ਹੋਈਆਂ ਅਜੇ ਘੱਟ ਲੱਗੀ ਆ
9 ਰਹਿ ਗਏ ਨੇ ਲੈਫਟੀ ਉਹ ਚੰਡੀਗੜੀਆ ਕਹਿੰਦੇ ਖੁਸ਼ੇ ਨੂੰ ਸਮਝਾ ਰਹੇ ਆ ਕਹਿੰਦੇ ਆਹ ਮੋੜਨੇ ਪੈਣੇ ਆ ਕਹਿੰਦਾ ਲਾਡਪੁਰ ਵਾਲਾ ਇੱਧਰ ਮੈਨੂੰ ਦੱਸ ਰਿਹਾ ਕਹਿੰਦਾ ਆਹ ਮੋੜ ਜਾਣਗੇ ਨਾ 9 ਤਾਂ ਅਸੀਂ ਵੀ ਬਣਾ ਦੇਣੇ ਆ ਅਗਲੀ ਬਾਲ ਫਿਰ ਤੋਂ ਖੁਸ਼ੇ ਦੀ ਖੁਸ਼ੇ ਦੇ ਤੇਜ਼ਾਬ ਬਣਿਆ ਹੋਇਆ ਸੀ ਕਹਿੰਦੇ ਲਓ ਜੀ ਹੁਣ ਮਾੜਾ ਜਿਹਾ ਫਰਕ ਪਿਆ ਹੁਣ ਮਾੜਾ ਜਿਹਾ ਫਰਕ ਪਿਆ ਬਾਲ ਮਿਸ ਹੋਣ ਨਾਲ ਜੰਗੀ ਸਮਝਾਉਣ ਲੱਗਿਆ ਲਾਡਪੁਰ ਵਾਲੇ ਨੂੰ ਕਹਿੰਦਾ ਕੋਈ ਗੱਲ ਨੀ ਤੂੰ ਇੰਨੀ ਟੈਨਸ਼ਨ ਨਾ ਲੈ ਸਿੱਧੇ ਸਿੱਧੇ ਮਾਰ ਰਨ 9 ਬਾਕੀ ਨੇ ਉਹ ਜੰਗੀ ਸਿਆ ਆਹ ਗੱਲ ਮੈਂ ਇੱਕ ਤੁਹਾਨੂੰ ਨੋਟ ਕਰਾ ਰਿਹਾ ਜੇ 9 ਨਾ ਲਾਸਟ ਓਵਰ ਚ ਰਹਿ ਗਏ 6 ਬਾਲਾਂ 9 ਬਹੁਤ ਵਾਰ ਫਸਦੇ ਦੇਖੇ ਨੇ ਰਨ 6 ਬਾਲਾਂ 9 ਰਨ ਬਣਦੇ ਨੀ ਹੁੰਦੇ ਕਹਿੰਦੇ ਫਿਰ ਤੋਂ ਖੇਡਿਆ ਹੋਇਆ ਵਧੀਆ ਸ਼ਾਟ ਤੇ ਰਨ 1 ਆ ਖੁਸ਼ੇ ਨੇ ਵਾਪਸੀ ਕੀਤੀ ਆ ਖੁਸ਼ੇ ਸਿਆ ਜੇ ਤੂੰ ਉਹ 5 ਨਾ ਮਾਰਦਾ ਨਾ ਫਿਰ ਕਿਤੇ ਰਨ ਹਲੇ 14-15 ਬਾਕੀ ਹੋਣੇ ਸੀਗੇ 14-15 ਬਾਕੀ ਹੋਣੇ ਸੀ ਖੁਸ਼ੇ ਦੀ ਅਗਲੀ ਬਾਲ ਤੇ ਸਾਹਮਣੇ ਜੰਗੀ ਜੰਗੀ ਨੇ ਇੱਕ ਛੱਕਾ ਮਾਰਿਆ ਖੁਸ਼ੇ ਨੂੰ ਤੇ ਫਿਰ ਤੋਂ ਕਹਿੰਦੇ ਖੁਸ਼ੇ ਦੀ ਵਧੀਆ ਬਾਲ ਲਗਭਗ 1 ਨੱਦੀ ਬਾਲ ਬਾਕੀ ਆ ਖੁਸ਼ੇ ਦੀ ਗੱਲ ਫਿਰ ਸਾਰੀ ਲਾਸਟ ਓਵਰ ਤੱਕ ਪੁੱਜ ਜਾਣੀ ਆ ਲਾਸਟ ਓਵਰ ਤੱਕ ਪਹੁੰਚ ਜਾਣੀ ਆ ਗੱਲ 7 ਬਾਲਾਂ ਰਨ 8 ਬਾਕੀ ਨੇ ਖੁਸ਼ੇ ਸਿਆ ਜੇ ਤੂੰ ਆਹ ਬਾਲ ਛਪਾ ਗਿਆ ਨਾ ਫਿਰ 8 ਰਨ ਬਹੁਤ ਔਖੇ ਬਣੇ ਆ 8 ਰਨ ਬਹੁਤ ਔਖੇ ਬਣੇ ਆ ਪਰ ਹਵਾਈ ਫਾਇਰ ਰਨ 6 ਹੋ ਗਏ ਨੇ ਲਓ ਜੀ ਇੱਕ ਓਵਰ ਰਨ 2 ਬਾਕੀ ਨੇ 7 ਪਾ ਗਿਆ ਭੱਗ ਮੈਨੂੰ ਲੱਗਦੀ ਆ ਲਾਡਪੁਰ ਵਾਲਿਓ ਤੁਹਾਡੇ ਵੱਲ ਵਧਾਈਆਂ ਹੋ ਗਈਆਂ ਵਧਾਈਆਂ ਹੋ ਗਈਆਂ ਤੁਹਾਡੇ ਵੱਲ ਵਧਾਈਆਂ ਹੋ ਗਈਆਂ ਚੰਗੀ ਤਰ੍ਹਾਂ ਚੱਲ ਕੋਈ ਨਾ ਕਿਹੜੀ ਗੱਲ ਹੋਣੀ ਹੋ ਗਈ ਹੁੰਦਾ ਪਹਿਲਾਂ ਤੂੰ ਆਪਦਾ ਧਿਆਨ ਰੱਖਿਆ ਕਰੋ ਲੈਫਟੀ ਸੁਖਵੀਰ ਵੀਰੇ ਕਮੇਟੀ ਮੈਂਬਰ ਸੰਪਰਕ ਕਰਨਾ ਵੀਰੇ ਫਿਲਡਰ ਕਾਹਦੋ ਇੱਕ ਦਾ ਬਾਲ ਉਹ ਵੀਰੇ ਆਇਓ ਵੀਰੇ ਆਇਓ ਜੀ 5 ਬਾਲਾਂ ਨੇ 2 ਕੀਤੇ ਮੈਚ ਹਲੇ ਕੁਛ ਵੀ ਬਾਕੀ ਨਹੀਂ 3-6 ਲਓ ਜੀ ਵਧਾਈਆਂ ਦੇ ਲਾਡਪੁਰ ਟੀਮ ਨੂੰ ਉੱਥੇ ਵੀ ਧੰਨਵਾਦ ਕਰਦੇ ਹਾਂ ਵੀਰੇ ਕਮੇਟੀ ਵੱਲੋਂ ਬੇਨਤੀ ਆ ਵੀਰੇ ਚੌਜੂ ਪੂਰਾ ਕਰ ਲਓ ਪਰ ਬੇਟਾ ਵੀਰੇ ਕਮੇਟੀ ਨੂੰ ਦੇ ਦਿਓ ਬੇਟਾ ਜਾਣੀਆਂ ਵੀਰੇ ਕਿਉਂਕਿ ਆਹ ਵੀ ਰੇਟਾਂ ਬਹੁਤ ਲੱਗੀ ਨੇ 71-41 ਆਹੀ ਰੇਟਾਂ ਦੇ ਕਰਨਾ ਸੀ ਆਇਓ ਮੇਰੇ ਨੰਬਰ ਸਮਾਨ ਕਰਨ ਵਾਲੇ ਨਾਲ ਜੀ ਲਾਡਪੁਰ ਵਿਨਰ ਕਰ ਗਈ ਆ ਵੀਰੇ ਵਧਾਈ ਦੇ ਪਾਤਰ ਆ ਲਾਡਪੁਰ ਦੀ ਟੀਮ ਜਿਹਨੇ ਫਾਈਨਲ ਮੈਚ ਕਹਿੰਦੇ ਵੀ ਗਰਖਿਲਾ ਖੇਡੀ ਟੀਮ ਨੂੰ ਹਰਾ ਦਿੱਤਾ ਤੇ ਫਾਈਨਲ ਵਿੱਚ ਟੂਰਨਾਮੈਂਟ ਦੀ ਜੇਤੂ ਟੀਮ ਬਣ ਗਈ ਆ ਲਾਡਪੁਰ ਦੀ ਟੀਮ ਅਸੀਂ ਸਾਰੀ ਕਮੇਟੀ ਵੱਲੋਂ ਕੋਟਲ ਨਗਰ ਵੱਲੋਂ ਵਧਾਈ ਦਿੰਦੇ ਹਾਂ ਲਾਡਪੁਰ ਦੀ ਟੀਮ ਨੂੰ ਤੇ ਸਾਡੀ ਬੇਨਤੀ ਹੈ ਸਾਰੇ ਵੀਰਾਂ ਨੂੰ ਵੀ ਸਾਡੇ ਜਿਹੜੇ ਕਮੇਟੀ ਮੈਂਬਰ ਨੇ ਸਾਰੇ ਸਾਡੇ ਕੋਲ ਪਹੁੰਚਣ ਤੇ ਫਿਰ ਆਪਾਂ ਇਨਾਮ ਵੰਡ ਸਮਾਗਮ ਸ਼ੁਰੂ ਕਰ ਦਈਏ ਜਿੰਨਾ ਫਿਰ ਮੌਸਮ ਖਰਾਬ ਹੈ ਤੇ ਇਨਾਮਾਂ ਦੀ ਵੰਡ ਕਰ ਦਈਏ ਤੇ ਸਭ ਤੋਂ ਪਹਿਲਾਂ ਆਪਾਂ ਨੇ ਸਨਮਾਨ ਜਿਹਨੇ ਦੇ ਦੇਣੇ ਨੇ ਜਿਹੜੇ ਸਾਡੇ ਸੱਜਣਾਂ ਨੇ ਸਾਡਾ ਸਾਥ ਦਿੱਤਾ ਹੈ ਅਸੀਂ ਉਹਨਾਂ ਨੂੰ ਟੂਰਨਾਮੈਂਟ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦੇਣੇ ਨੇ ਇਹ ਟੀਮਾਂ ਜਲਦ ਤੋਂ ਜਲਦ ਸਾਰੇ ਕਮੇਟੀ ਮੈਂਬਰ ਸਾਡੇ ਕੋਲ ਪਹੁੰਚਣ ਲਾਸਟ ਕਾਲ ਮੁੱਕਦਾ ਵੀ ਉਹਦਾ
ਬੇਨਤੀ ਹੈ ਸਰਦਾਰ ਦਵਿੰਦਰ ਸਿੰਘ ਸਰਪੰਚ ਉਹਨਾਂ ਨੂੰ ਤੇ ਨਾਲ ਸਰਦਾਰ ਸੁਖਵਿੰਦਰ ਸਿੰਘ ਵਿਧਾਇਕ ਤੇ ਨਾਲ ਕਰਮਜੀਤ ਸਿੰਘ ਗਿੱਲ ਤੇ ਸਾਡੇ ਵੱਡੇ ਵੀਰੇ ਸਰਦਾਰ ਮਨਪ੍ਰੀਤ ਸਿੰਘ ਗਿੱਲ ਤੇ ਨਾਲ ਸਰਦਾਰ ਹਰਪ੍ਰੀਤ ਸਿੰਘ ਵਿਧਾਇਕ ਤੇ ਗੁਰਦੀਪ ਸਿੰਘ ਥਿੰਦ ਤੇ ਨਿਰਮਲ ਸਿੰਘ ਥਿੰਦ ਜਸ ਭਲਵਾਨ ਵੀਰੇ ਨੂੰ ਵੀ ਆਪਾਂ ਖੜੇ ਹੋ ਕੇ ਹੁਣ ਸਾਰਿਆਂ ਨੂੰ ਸਨਮਾਨ ਚਿੰਨ੍ਹ ਦੇ ਦੇਈਏ। ਸਭ ਤੋਂ ਪਹਿਲਾਂ ਸਨਮਾਨ ਸਾਡੇ ਵੱਡੇ ਵੀਰੇ ਦਾ ਸਰਦਾਰ ਗੁਰਦੀਪ ਸਿੰਘ ਥਿੰਦ ਵੀਰੇ ਦਾ ਸਨਮਾਨ ਟੂਰਨਾਮੈਂਟ ਕਮੇਟੀ ਵੱਲੋਂ ਕੀਤਾ ਜਾਣਾ। ਵੀਰੇ ਇੱਕ ਜਣਾ ਫੋਟੋਆਂ ਖਿੱਚ ਦਿਓ, ਆਹ ਮੋਬਾਈਲ ਫੜਿਓ, ਫੋਟੋਆਂ ਖਿੱਚ ਦਿਓ ਇੱਕ ਜਣਾ। ਦੇਖੀ ਲੋਕ ਕਿਆ ਕਹਿੰਦੇ ਆਪਾਂ ਨੂੰ। ਮਨਦੀਪ ਮੈਨ ਆਫ ਦੀ ਸੀਰੀਜ਼ ਮਨਦੀਪ ਹੈ, 52 ਸੌ ਰੁਪਏ ਸਾਰੇ ਦੇ ਤਾੜੀਆਂ ਮਾਰ ਦੇਣ ਤੇ ਸਨਮਾਨ ਪਹਿਲਾਂ ਸਾਰਿਆਂ ਨੂੰ ਪਹਿਲਾਂ ਸਾਡੇ ਵੱਡੇ ਵੀਰੇ ਦਾ ਸਰਦਾਰ ਗੁਰਦੀਪ ਸਿੰਘ ਥਿੰਦ ਵੀਰੇ ਦਾ, ਦਵਿੰਦਰ ਸਰਪੰਚ ਵੀਰੇ, ਨਿਰਮਲ ਵੀਰੇ ਫੋਨ ਦੇ ਫੋਟੋ ਖਿੱਚਣੀ ਆ ਤੇ ਲਵੀ ਤਾੜੀਆਂ ਮਾਰ ਦਿਓ ਸਰਦਾਰ ਦਵਿੰਦਰ ਸਿੰਘ ਸਰਪੰਚ ਉਹਨਾਂ ਵੱਲੋਂ ਸਾਡੇ ਵੀਰ ਸੋਨੀ ਦਾ ਸਨਮਾਨ ਤੇ ਅਗਲਾ ਸਨਮਾਨ ਸਰਦਾਰ ਹਰਪ੍ਰੀਤ ਸਿੰਘ ਵਿਧਾਇਕ ਵੀਰੇ ਦਾ, ਸਰਦਾਰ ਹਰਪ੍ਰੀਤ ਸਿੰਘ ਦਾ ਟੂਰਨਾਮੈਂਟ ਕਮੇਟੀ ਵੱਲੋਂ ਕੀਤਾ ਜਾਂਦਾ। ਅਸੀਂ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਦਾ ਤੇ ਨਾਲ ਅਗਲਾ ਸਨਮਾਨ ਸਰ ਮਨਪ੍ਰੀਤ ਸਿੰਘ ਗਿੱਲ ਵੀਰੇ ਦਾ, ਮਨਪ੍ਰੀਤ ਸਿੰਘ ਗਿੱਲ ਹੋਣੀ ਤੇ ਅਗਲਾ ਸਨਮਾਨ ਸਰਦਾਰ ਜਸਵਿੰਦਰ ਸਿੰਘ ਵੀਰੇ ਦਾ, ਜਸਵਿੰਦਰ ਵੀਰੇ ਦਾ ਸਨਮਾਨ ਤਾੜੀਆਂ ਵੀਰੇ। ਜਸਵਿੰਦਰ ਵੀਰੇ ਨੇ ਟੂਰਨਾਮੈਂਟ ਕਮੇਟੀ ਦਾ ਮੈਂਬਰ ਹੈ, ਇਹਨੇ ਵੱਡਾ ਯੋਗਦਾਨ ਹੈ ਟੂਰਨਾਮੈਂਟ ਦੇ ਵਿੱਚ ਤੇ ਉਹ ਤੋਂ ਅਗਲਾ ਸਨਮਾਨ ਹੈ ਸਰਦਾਰ ਕੁਲਵਿੰਦਰ ਵੀਰੇ ਦਾ, ਸਰਦਾਰ ਦਵਿੰਦਰ ਸਿੰਘ ਸਰਪੰਚ ਹੋਣੀ ਕਰ ਰਹੇ ਨੇ ਤੇ ਨਾਲ ਉਹਨਾਂ ਦੇ ਕਰਮਜੀਤ ਸਿੰਘ ਗਿੱਲ ਉਹ ਵੀ ਮੌਜੂਦ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਰਦਾਰ ਸੁਖਵਿੰਦਰ ਸਿੰਘ ਵਿਧਾਇਕ ਹੋਣੀ। ਤੇ ਉਦੋਂ ਅਗਲਾ ਸਨਮਾਨ ਅਮਨ ਦਾ, ਅਮਨ ਵੀਰਾ ਅਮਨਦੀਪ, ਅਮਨਦੀਪ ਦਾ ਤੇ ਅਗਲਾ ਸਨਮਾਨ ਅਮਨਦੀਪ ਦਾ ਤੇ ਨਿਰਮਲ ਵੀਰੇ ਦਾ ਅਗਲਾ ਸਨਮਾਨ ਨੰਨੂ ਵੀਰਾ ਹੀ ਫੜ ਲਵੇ ਨਿਰਮਲ ਵੀਰੇ ਦਾ, ਉਹਨਾਂ ਮੇਰੇ ਕੱਛਾ ਪਾਇਆ ਹੋਇਆ ਉਹ ਖੜ ਜਾ ਵੀਰੇ, ਵੀਰੇ ਖੜ ਜਾ ਤੇ ਉਦੋਂ ਅਗਲਾ ਜੱਸਾ ਭਲਵਾਨ ਵੀਰੇ ਦਾ ਸਨਮਾਨ ਜੱਸੇ ਵੀਰੇ ਦਾ, ਕਹਿੰਦੇ ਵੀ ਸਾਡੇ ਟੂਰਨਾਮੈਂਟ ਦੇ ਵਿੱਚ ਵੱਡਾ ਯੋਗਦਾਨ ਹੈ ਜੱਸੇ ਭਲਵਾਨ ਵੀਰੇ ਦਾ, ਵੀ ਉਹਦਾ ਵੀ ਧੰਨਵਾਦ ਕਰਦੇ ਹਾਂ। ਤੇ ਹਰਪ੍ਰੀਤ ਸਿੰਘ ਥਿੰਦ ਵੀਰੇ ਦਾ ਅਗਲਾ ਸਨਮਾਨ ਹਰਪ੍ਰੀਤ ਵੀਰੇ ਦਾ, ਹਰਪ੍ਰੀਤ ਵੀਰਾ ਵੀ ਮੌਜੂਦ ਆਇਆ ਸੀ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਤਾੜੀਆਂ ਮਾਰਦੇ ਵੀਰੇ ਇੱਕ ਵਾਰੀ ਸਾਰੇ ਜਾਣੇ। ਤੇ ਅਗਲਾ ਸਨਮਾਨ ਜਿਹੜਾ ਆਹ ਬੰਦਾ ਆ ਰਿਹਾ ਨਾ, ਸਾਰਿਆਂ ਨੂੰ ਵੱਧ ਯੋਗਦਾਨ ਹੈ ਸੁਖਬੀਰ ਵੀਰੇ ਦਾ, ਕਹਿੰਦੇ ਵੀ ਆਹ ਬੰਦੇ ਦੀ ਪੂਰੀ ਜ਼ਿੰਮੇਵਾਰੀ ਇਸ ਟੂਰਨਾਮੈਂਟ ਦੇ ਵਿੱਚ, ਪੂਰੇ ਕਹਿੰਦੇ ਕਮੇਟੀ ਦੀ ਜ਼ਿੰਮੇਵਾਰੀ ਇਸ ਬੰਦੇ ਨੇ ਚੱਕੀ ਹੈ, ਕਹਿੰਦੇ ਲੰਗਰ ਕਮੇਟੀ ਦੀ ਜ਼ਿੰਮੇਵਾਰੀ ਵੀ ਇਸ ਬੰਦੇ ਦੇ ਤੇ ਅੰਪਾਇਰੀ ਦੀ ਜ਼ਿੰਮੇਵਾਰੀ ਵੀ ਇਸ ਬੰਦੇ ਦੀ। ਇੱਕ ਵਾਰ ਤਾੜੀਆਂ ਮਾਰ ਲਿਓ ਮੇਰੇ ਸੁਖਬੀਰ ਵੀਰੇ ਦੇ ਨਾਂ 'ਤੇ ਤੇ ਟਰਾਫੀ ਦੇ ਵੀਰੇ ਆ ਰਹੇ। ਹਾਂ ਹਾਂ ਵਿਸ਼ੇਸ਼ ਸਨਮਾਨ ਸਰਦਾਰ ਸੁਖਬੀਰ ਸਿੰਘ ਉਹਨਾਂ ਦਾ ਤੇ ਅੱਗੇ ਕੁਲਵੀਰ ਵੀਰਾ ਉਰੀ ਹੈ, ਕੁਲਵੀਰ ਵੀਰਾ, ਕੁਲਵੀਰ ਵੀਰਾ ਸਾਡਾ ਜਿਗਰੀ ਯਾਰ ਮਾਹੌਲ ਦੀ ਧਰਤੀ ਤੋਂ, ਕੁਲਵੀਰ ਵੀਰੇ ਦਾ ਵੀ ਵੱਡਾ ਯੋਗਦਾਨ ਹੈ ਇਸ ਟੂਰਨਾਮੈਂਟ ਦੇ ਵਿੱਚ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਸਨਮਾਨ ਕੁਲਵੀਰ ਵੀਰੇ ਦਾ। ਤੇ ਅਗਲਾ ਸਨਮਾਨ ਮੰਨਾ ਸਮੈਲਪੁਰ ਦਾ, ਕਹਿੰਦੇ ਮੰਨਾ ਹੈ ਨੀ ਗਾ, ਪਾਪੜ ਵੀਰੇ ਤੂੰ ਫੜ ਲਾ।
ਮੰਨੇ ਵੀਰੇ ਨੇ ਸਾਡੇ ਕਮੇਟੀ ਵੱਲੋਂ ਖੇਡਿਆ ਸੀ, ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਅਗਲਾ ਸਨਮਾਨ ਪਾਪੜ ਵੀਰੇ ਦਾ ਵਰਿੰਦਰ ਵੀਰਾ, ਵਰਿੰਦਰ ਅਗਲਾ ਸਨਮਾਨ ਸਰਦਾਰ ਰਤਨ ਸਿੰਘ ਥਿੰਦ ਵੀਰੇ ਦਾ, ਥਿੰਦ ਵੀਰੇ ਦਾ ਤਾੜੀਆਂ ਵੀਰੇ ਇੱਕ ਵਾਰੀ। ਇਹ ਮੁੰਡਾ ਕਹਿੰਦਾ ਸਾਡੇ ਪਿੰਡ ਦਾ ਸਟਾਰ ਹੈ, ਅੱਤਵਾਦੀ ਆ ਕਾਸਕੋ ਕ੍ਰਿਕਟ ਦਾ, ਇਹ ਬੰਦਾ ਵੀ ਸਟਾਰ ਹੈ। ਅਗਲਾ ਸਨਮਾਨ ਸਾਡੇ ਵੀਰੇ ਹਰਜੀਤ ਵੀਰੇ ਦਾ, ਹਰਜੀਤ ਵੀਰੇ ਦਾ ਵੀ ਸਨਮਾਨ ਹੈ। ਕਮੇਟੀ ਵੱਲੋਂ ਵੀਰੇ ਨੂੰ ਬੇਨਤੀ ਆ ਵੀ ਫੜ ਲਵੇ। ਤੇ ਅਗਲਾ ਤਾੜੀਆਂ ਵੀਰੇ ਇੱਕ ਵਾਰੀ। ਤੇ ਅਗਲਾ ਜਗਦੀਪ ਸਿੰਘ ਢੀਂਡਸੇ ਵੀਰੇ ਦਾ ਵੀ ਸਨਮਾਨ, ਕਮੇਟੀ ਵੱਲੋਂ ਜਗਦੀਪ ਵੀਰੇ ਦਾ ਵੀ ਸਨਮਾਨ ਹੈ। ਤੇ ਅਗਲਾ ਸਨਮਾਨ ਹਨੀ ਵੀਰੇ ਦਾ, ਜੋਈਆ ਪਰਿਵਾਰ ਸਾਡਾ ਯਾਰ ਜਿਗਰੀ ਹਨੀ ਵੀਰੇ ਦਾ ਸਨਮਾਨ, ਅਸੀਂ ਧੰਨਵਾਦ ਕਰਦੇ ਹਾਂ। ਤਾੜੀਆਂ ਵੀਰੇ ਇੱਕ ਵਾਰੀ ਉਹਨਾਂ ਦੇ ਨਾਮ ਤੇ ਤਾੜੀਆਂ ਲਾ ਦਿਓ। ਤੇ ਅਗਲਾ ਕਾਸਕੋ ਕ੍ਰਿਕਟ ਫਤਿਹਗੜ੍ਹ ਸਾਹਿਬ ਵਾਲੇ ਵੀਰੇ ਦਾ ਵੀ ਸਨਮਾਨ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਆ, ਕਹਿੰਦੇ ਵੀ ਧੁੱਪਾਂ ਵਿੱਚ ਸੇਵਾਵਾਂ ਨਿਭਾਈਆਂ ਨੇ। ਮੋਹਿਤ ਵੀਰਾ ਅੱਜ ਬਿਮਾਰ ਹੋ ਗਿਆ ਤੇ ਉਹਦੇ ਨਾਂ ਤੇ ਵੀਰਾ ਆਇਆ ਹੋਇਆ ਸੀ, ਧੰਨਵਾਦ ਕਰਦੇ ਹਾਂ ਕਮੇਟੀ ਵੱਲੋਂ। ਅਗਲਾ ਸਨਮਾਨ ਲਾਡੀ ਵੀਰੇ ਦਾ, ਲਾਡੀ ਸਾਡਾ ਸਾਥੀ ਯਾਰ, ਇਹਨੇ ਵੀ ਵਧੀਆ ਸੇਵਾਵਾਂ ਨਿਭਾਈਆਂ ਨੇ, ਟੂਰਨਾਮੈਂਟ ਦੇ ਵਿੱਚ ਪੂਰੀ ਜ਼ਿੰਮੇਵਾਰੀ ਲਈ ਹੈ ਲਾਡੀ ਨੇ, ਇਹਦਾ ਵੀ ਧੰਨਵਾਦ ਕਰਦੇ ਹਾਂ। ਅਗਲਾ ਗਗਨ, ਗਗਨ ਵੀ ਵੀਰੇ ਟਰਾਫੀ ਫੜ ਲਵੇ। ਤੇ ਅਗਲਾ ਸਨਮਾਨ ਸਾਡੇ, ਮੈਂ ਆਪਣੀ ਗੱਲ ਜਸਪ੍ਰੀਤ ਸਿੰਘ, ਇਹਨਾਂ ਦਾ ਵੀ ਦਿਲੋਂ ਧੰਨਵਾਦ ਆ। ਅਗਲਾ ਸਨਮਾਨ ਸੁਖਦੀਪ ਸਿੰਘ ਸੀਪਾ ਗਿੱਲ ਸਾਹਿਬ, ਪ੍ਰਧਾਨ ਸਾਹਿਬ ਨੇ ਟੂਰਨਾਮੈਂਟ ਦੇ, ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਟੂਰਨਾਮੈਂਟ ਦੇ ਵਿੱਚ। ਮਨਿੰਦਰ, ਮਨਿੰਦਰ ਵੀਰੇ ਦਾ ਵੀ ਸਨਮਾਨ, ਕਹਿੰਦੇ ਵੀ ਕਮੇਟੀ ਦਾ ਵੱਡਾ ਮੈਂਬਰ ਹੈ, ਠੀਕ ਮੈਨੂੰ ਕਹਿੰਦਾ ਵੀ ਮੈਂ ਨਹੀਂ ਲੈਣਾ। ਹੈਂ ਸਨੀ ਵੀਰੇ ਦਾ, ਸਨੀ ਵੀਰਾ, ਸਨੀ ਤੇ ਰਿੰਕਾ ਵੀ, ਸਨੀ ਵੀਰੇ ਦਾ ਕਹੇ ਵੀ ਵੱਡਾ ਯੋਗਦਾਨ ਟੂਰਨਾਮੈਂਟ ਦੇ ਵਿੱਚ, ਤਿੰਨੇ ਚਾਰੇ ਦਿਨ ਸਾਡੇ ਕੋਲ ਮੌਜੂਦ ਰਿਹਾ, ਅਸੀਂ ਉਹਦਾ ਵੀ ਧੰਨਵਾਦ। ਟਰਾਫੀ ਨਹੀਂ ਵੀਰੇ। ਤੇ ਅਗਲਾ ਰਿੰਕੇ ਵੀਰੇ ਦਾ ਸਨਮਾਨ ਹੈ, ਕਹਿੰਦੇ ਵੀ ਰਿੰਕਾ ਵੀ ਯੋਗਦਾਨ ਹੈ ਰਿੰਕੇ ਦਾ। ਤੇ ਅਗਲਾ ਸਾਡਾ ਵੀਰ ਜਿਹਨੇ ਲੰਗਰ ਦੀ ਜ਼ਿੰਮੇਵਾਰੀ ਨਿਭਾਈ ਹੈ, ਉਹ ਵੀਰੇ ਦਾ ਵੀ ਸਨਮਾਨ ਹੈ। ਤੇ ਅਗਲਾ ਬਲਜਿੰਦਰ ਵੀਰਾ ਵੀ ਫੜ ਲਵੇ ਵੀਰੇ, ਬਲਜਿੰਦਰ ਵੀਰੇ ਦਾ ਵੀ ਸਨਮਾਨ ਹੈ, ਕਮੇਟੀ ਵੱਲੋਂ ਚਾਰੇ ਦਿਨ ਉਰੇ ਸਾਡੇ ਕੋਲ ਮੌਜੂਦ ਰਿਹਾ ਧੁੱਪਾਂ ਦੇ ਵਿੱਚ, ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬਲਜਿੰਦਰ ਵੀ ਮੌਜੂਦ ਰਿਹਾ ਅੱਜ, ਕਹਿੰਦੇ ਮੁੰਡੇ ਦਾ ਵੀ ਜਨਮ ਦਿਨ ਵੀ ਹੈ, ਸਾਰੇ ਜਾਣੇ ਹੈਪੀ ਬਰਥਡੇ ਵੀ ਆਖ ਦਿਓ। ਚੌਥੇ ਨੰਬਰ ਵਾਲੀ ਟੀਮ ਰਤਨਹੇੜੀ, ਰਤਨਹੇੜੀ ਵੀਰੇ ਬੰਦਾ ਆਵੇ, ਰਤਨਹੇੜੀ ਵਾਲਿਆਂ ਦਾ ਵੀ ਰਤਨ ਹੇੜੀ ਵਾਲੇ ਆ ਜਾਣ ਵੀਰੇ ਜਲਦ ਤੋਂ ਪਹਿਲਾਂ, ਕਹਿੰਦੇ ਵੀ ਚੌਥੇ ਨੰਬਰ ਤੇ ਆਈ ਹੈ, 48 ਟੀਮਾਂ ਦੇ ਵਿੱਚ ਚੌਥੇ ਨੰਬਰ ਤੇ ਆਈ ਹੈ, ਇਹ ਵੀ ਇੱਕ ਕਿਸਮ ਦੀ ਜੇਤੂ ਟੀਮ ਹੈ, ਵੀ ਇਹਨਾਂ ਲਈ ਵੀ ਜ਼ੋਰਦਾਰ ਤਾੜੀਆਂ ਹੋ ਜਾਣਾ ਰਤਨਹੇੜੀ ਦੀ ਟੀਮ ਲਈ। ਕਹਿੰਦੇ ਵੀ ਵੱਡਾ ਸਟਾਰ ਖੇਡੇ ਨੇ, ਬਹੁਤ ਵਧੀਆ ਟੂਰਨਾਮੈਂਟ ਜੱਗੀ ਵੀਰਾ ਵੀ, ਅਸੀਂ ਧੰਨਵਾਦ ਕਰਦੇ ਹਾਂ। ਟੀਮ ਲੈ ਕੇ ਪਹੁੰਚੇ, ਚੌਥੇ ਨੰਬਰ ਤੇ ਆਏ ਨੇ ਤੇ ਵਧਾਈ ਦੇ ਪਾਤਰ ਨੇ ਰਤਨਹੇੜੀ ਵਾਲੇ।
ਇੱਕ ਫੋਟੋ ਹੋ ਜਾਵੇ ਤੇ ਤਾੜੀਆਂ ਵੀਰੇ ਨਾਲ ਦੀ ਨਾਲ ਕਹਿੰਦੇ ਵੀ ਵਧਾਈ ਦੇ ਪਾਤਰ ਨੇ। ਤੇ ਅਗਲਾ ਤੀਜੇ ਨੰਬਰ ਤੇ ਹੈਗੀ ਆ ਅਸਮੈਲਪੁਰ ਦੀ ਟੀਮ, ਉਹ ਵੀ ਆਪਣਾ ਨਾਮ ਫੜ ਲਵੇ ਅਸਮੈਲਪੁਰ ਵਾਲੇ ਆਪਣੇ ਨਾਮ ਆਪਣਾ। ਅਸਮੈਲਪੁਰ ਸਾਡਾ ਗਵਾਂਢੀ ਨਗਰ ਕਹਿੰਦੇ ਵੀ ਵਧੀਆ ਟੀਮ ਹੈ ਇਹਨਾਂ ਦੀ ਵੀ, ਚੌਥੇ ਨੰਬਰ ਤੇ ਆਏ ਨੇ ਸੀ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੀ ਟੀਮ ਲੈ ਕੇ ਪਹੁੰਚੇ, ਇੱਕ ਦਾ ਜ਼ੋਰਦਾਰ ਤਾੜੀਆਂ ਅਸਮੈਲਪੁਰ ਦੇ ਨਾਮ ਤੇ। ਤੇ ਹੁਣ ਦੂਜੇ ਨੰਬਰ ਤੇ ਟੀਮ ਆਈ ਹੈ ਗਰਖਿੱਲਾ ਖੇੜੀ ਵਾਲਿਆਂ ਦੀ ਟੀਮ, ਕਹਿੰਦੇ ਵੀ ਮੰਨੇ ਵੀਰੇ ਨੇ ਕਹਿ ਕੇ ਐਂਟਰ ਕਰਵਾਈ ਸੀ ਇਹ ਟੀਮ ਤੇ ਉਹਨਾਂ ਪੂਰਾ ਮਨ ਮੋੜਿਆ, ਧੰਨਵਾਦ ਹੈ ਕਾਲੂ ਵੀਰੇ, ਉਹਨਾਂ ਨੇ ਬਹਿਜਾ ਬਹਿਜਾ ਕਰਾ ਦਿੱਤੀ ਹੈ ਟੂਰਨਾਮੈਂਟ ਦੇ ਪ੍ਰਗਟ, ਉਹਨਾਂ ਨੇ ਬਹਿਜਾ ਬਹਿਜਾ ਕਰਵਾ ਦਿੱਤੀ ਹੈ। ਕਹਿੰਦੇ ਵੀ ਦੂਜੇ ਨੰਬਰ ਤੇ ਦੂਜਾ ਹਾਸਲ ਕੀਤਾ 19ਵੇਂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਸਰਦਾਰ ਦਵਿੰਦਰ ਸਿੰਘ ਸਰਪੰਚ ਹੋਣੀ ਤੇ ਨਾਲ ਸੁਖਵਿੰਦਰ ਸਿੰਘ ਬਣੈਚ ਤੇ ਨਾਲ ਗਿੱਲ ਸਾਹਿਬ ਵੀ ਮੌਜੂਦ ਨੇ, ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਤੇ ਪਹਿਲੇ ਸਥਾਨ ਤੇ ਪਹਿਲਾਂ ਮੈਨ ਆਫ ਦੀ ਸੀਰੀਜ਼ ਦੇ ਦਈਏ ਤੇ ਪਹਿਲਾਂ ਮੈਨ ਆਫ ਦੀ ਸੀਰੀਜ਼ ਜਿਹੜਾ ਖਿਡਾਰੀ ਹੈ ਕਰਾਈ ਹੈ ਕ੍ਰਿਕਟ ਟੂਰਨਾਮੈਂਟ ਕੋਟਲਾ ਅਜਨੇਰ ਵਿਖੇ, ਉਹਦਾ ਨਾਮ ਆ ਮਨਦੀਪ ਹੈ। ਗੋਬਿੰਦਗੜ ਦੀ ਧਰਤੀ ਦਾ ਮਨਦੀਪ ਕਹਿੰਦੇ ਬਹਿਜਾ ਬਹਿਜਾ ਕਰਾਈਆਂ ਇਸ ਮੁੰਡੇ ਨੇ, 5500 ਦੇ ਨਾਲ ਸਨਮਾਨਿਤ ਕੀਤਾ ਗਿਆ, ਕਹਿੰਦੇ ਮੁੰਡੇ ਨੇ ਦੁਨੀਆਂ ਨਚਾਈ ਹੈ ਕ੍ਰਿਕਟ ਕੱਪ ਤੇ ਕੋਟਲੇ ਜਨੇਰ ਤੇ ਬਹਿਜਾ ਬਹਿਜਾ ਕਰਵਾਈ ਹੈ। ਤਾੜੀਆਂ ਇੱਕ ਵਾਰ ਜ਼ੋਰਦਾਰ ਹੋ ਜਾਣ ਇਸ ਮੁੰਡੇ ਦੇ ਨਾਮ ਤੇ। ਤੇ ਹੁਣ ਫਸਟ ਲਾਡਪੁਰ ਦੀ ਟੀਮ ਜ਼ੋਰਦਾਰ ਤਾੜੀਆਂ ਲਾਡਪੁਰ ਵਾਲਿਆਂ ਵਾਸਤੇ, ਕਹਿੰਦੇ ਵੀ ਲਾਡਪੁਰ ਵਾਲਿਆਂ ਧੰਨ ਧੰਨ ਕਰਵਾਤੀ, ਕਹਿੰਦੇ ਵੀ ਟੀਮ ਵੀ ਇਕਜੁੱਟ ਹੋ ਕੇ ਖੇਡੀ ਹੈ ਦੇ ਵਿੱਚ ਖੇਡੀ ਹੈ, ਇਹ ਗੱਲਾਂ ਪੱਕੀਆਂ ਨੇ। ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਪਹਿਲੇ ਮੈਚ ਦੇ ਵਿੱਚ ਵੀ ਇਹ ਟੀਮ ਜੇਤੂ ਹੋਵੇਗੀ ਇਸ ਟੂਰਨਾਮੈਂਟ ਦੀ, ਇਹ ਟੀਮ ਜੇਤੂ ਹੋਵੇਗੀ। ਸੀਪੇ ਪਰੇ ਹੋ ਜਾ ਸੀਪੇ, ਹਾਂ ਆ ਜਾ। ਲਾਡਪੁਰ ਨੇ ਕਹਿੰਦੇ ਫਸਟ ਪ੍ਰਾਈਜ਼ ਜਿੱਤ ਲਿਆ ਏ, ਲਾਡਪੁਰ ਦੀ ਟੀਮ ਨੇ ਪਹਿਲਾ ਪ੍ਰਾਈਜ਼ ਜਿੱਤਿਆ। ਕਹਿੰਦੇ ਲਓ ਜੀ ਇੱਕ ਵਾਰ ਵੀਰੇ ਕਮੇਟੀ ਦੇ ਨਾਂ ਤੇ ਤਾੜੀਆਂ ਮਾਰ ਦੋ ਜਿਨ੍ਹਾਂ ਨੇ ਏਡਾ ਵਧੀਆ ਉਪਰਾਲਾ ਕੀਤਾ, ਤੇ ਅਗਲੇ ਸਾਲ ਵੀਰੇ ਕਹਿੰਦੇ 71-41 ਰੱਖਣਾ, ਪਹਿਲਾ ਇਨਾਮ 71,000, ਦੂਜਾ ਇਨਾਮ 41,000 ਤੇ ਸੀਰੀਜ਼ ਕਹਿੰਦੇ ਮੋਟਰਸਾਈਕਲ ਹੋਣੀ ਆ। ਇਹ ਕਹਿੰਦੇ ਸਮਾਂ ਦੱਸੂਗਾ ਵੀ ਇੱਕ ਵਾਰੋਂ ਰੱਖਣਾ ਜਾਂ ਦੋ ਵਾਰੋਂ ਰੱਖਣਾ, ਕੀ ਪਤਾ ਜੱਸਾ ਕਹਿੰਦਾ ਸੀਪਾ ਕਹਿੰਦਾ ਮਨਿੰਦਰ ਕਹਿੰਦਾ ਪਿਓਰੇ ਕਰਾ ਦਈਏ, ਕਹਿੰਦਾ ਬਾਹਰ ਵਾਲਾ ਚੱਕਰ ਮਕਾਏ ਦੇਣਾ, ਆਪਾਂ ਬਾਹਰ ਵਾਲਾ ਚੱਕਰ ਮਕਾਏ ਦੇਣਾ। ਬਹੁਤ ਬਹੁਤ ਵਧਾਈਆਂ ਕਹਿੰਦੇ ਲਾਡਪੁਰ ਦੀ ਟੀਮ ਨੂੰ ਤੇ ਮਨਦੀਪ ਨੂੰ ਤੇ ਜੌਂਟੀ ਦੰਦਰਾਲੇ ਨੂੰ, ਮਨਦੀਪ ਨੂੰ ਸਪੈਸ਼ਲ ਵਧਾਈਆਂ ਮੈਨ ਆਫ ਦੀ ਸੀਰੀਜ਼ ਤੇ। ਅਗਲੀ ਗੱਲ ਜੱਸਾ ਤੇ ਵਧਾਈ ਦੇ ਪਾਤਰ ਹੈ ਲਾਡਪੁਰ ਦੀ ਟੀਮ, ਫਿਰ ਇੱਕ ਵਾਰੀ ਪੈਸੇ ਚੈੱਕ ਕਰ ਲਿਓ।